ਰਾਜੇਸ਼ ਕੁਮਾਰ ਜੀ ਜੋ ਕਿ ਬੀਤੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਦੇ ਵਿੱਚ ਜਾ ਵਿਰਾਜੇ ਹਨ, ਉਸ ਦਿਵੰਗਤ ਆਤਮਾ ਦੀ ਸ਼ਾਂਤੀ ਵਾਸਤੇ ਅਸੀਂ ਸਾਰੇ ਭਾਈ ਬੰਧੂ ਰਿਸ਼ਤੇਦਾਰ ਸਕੇ ਸੰਬੰਧੀ ਉਸ ਦਿਵੰਗਤ ਆਤਮਾ ਨੂੰ ਸ਼ਰਧਾ ਸੁਮਨ ਭੇਟ ਕਰਨ ਵਾਸਤੇ ਇਸ ਜਗ੍ਹਾ ਇਕੱਤ੍ਰਿਤ ਹੋਏ ਹਾਂ ਪਰਮ ਪ੍ਰਭੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਵਾਸਤੇ ਕਿ ਹੇ ਪ੍ਰਭੂ ਜੋ ਦਿਵੰਗਤ ਆਤਮਾ ਸਾਡੇ ਵਿੱਚੋਂ ਵਿਛੜ ਕੇ ਆਪ ਜੀ ਦੇ ਚਰਨਾਂ ਵਿੱਚ ਜਾ ਵਿਰਾਜੀ ਹੈ ਉਸ ਆਤਮਾ ਨੂੰ ਸ਼ਾਂਤੀ ਦੇਣਾ, ਸਦਗਤੀ ਦੇਣਾ, ਮੋਕਸ਼ ਦੇਣਾ ਇਹਨਾਂ ਮੰਤਰਾਂ ਦੇ ਨਾਲ ਪ੍ਰਭੂ ਵਾਲਮੀਕਿ ਮਹਾਰਾਜ ਬ੍ਰਹਮ ਸਤੁਤੀ ਬ੍ਰਹਮ ਵਾਲਮੀਕਿ ਪਰਮਾਤਮਾ ਨਿਰਾਕਾਰ ਸਤਾਰੇ ਸਿੱਧਿ ਬੁੱਧਿ ਦਾਇਕ ਪਰਿਣਾਮ ਬਹਾਨਾ ਹੀ ਬਣਿਆ। ਥੋੜ੍ਹੀ ਜਿਹੀ ਹਾਰਟ ਦੀ ਪ੍ਰੋਬਲਮ ਹੋਈ, ਨਾਲ ਹੀ ਜਾ ਕੇ ਸਟੈਂਡ ਪਵਾਇਆ, ਅਗਲੇ ਦਿਨ ਹੀ ਚਲਾਉਣਾ ਕਰ ਗਏ। ਪਰਿਵਾਰ ਨੇ ਬਹੁਤ ਕੋਸ਼ਿਸ਼ ਕੀਤੀ, ਜਿੰਨਾ ਵੀ ਜੋ ਬੈਸਟ ਪੋਸੀਬਲ ਸੀਗਾ ਕੋਸ਼ਿਸ਼ ਕੀਤੀ, ਲੇਕਿਨ ਕਾਲ ਦੇ ਕਰੂਰ ਹੱਥਾਂ 'ਚੋਂ ਉਹਨਾਂ ਨੂੰ ਬਚਾ ਨਹੀਂ ਸਕੇ। ਰਾਜੇਸ਼ ਕੁਮਾਰ ਜੀ, ਸਾਰੇ ਸਹਿਬਾਨ ਦਾ ਬਹੁਤ ਧੰਨਵਾਦ ਕਰਦਾ ਹਾਂ। ਮੈਂ 2 ਮਿੰਟ ਲਈ ਬੇਨਤੀ ਕਰਾਂਗਾ ਕਿ ਸ਼੍ਰੀ ਪ੍ਰੇਮ ਕੁਮਾਰ ਜੀ ਗਾਗੜ, ਐਕਸ ਪ੍ਰੈਜੀਡੈਂਟ ਮਿਊਂਸੀਪਲ ਕੌਂਸਲ ਨਾਭਾ, 2 ਮਿੰਟ ਲਈ ਸ਼ਰਧਾ ਸੁਮਨ ਅਰਪਿਤ ਕਰਨ। ਅੱਜ ਦੀ ਸ਼ੋਕ ਸਭਾ ਵਿੱਚ ਪਹੁੰਚੀ ਸੋ ਸੰਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਅੱਜ ਅਫਸੋਸ ਵਾਲਾ ਦਿਨ ਹੈ, ਆਪਾਂ ਸਾਰੇ ਬਹੁਤ ਹੀ ਗੰਭੀਰ ਗੱਲ ਨਾਲ ਇੱਥੇ ਮਨ ਨਾਲ ਇਕੱਤਰ ਹੋਏ ਹਾਂ, ਕਿਉਂਕਿ ਅੱਜ ਸਾਡੇ ਭਰਾ ਰਾਜੇਸ਼ ਕੁਮਾਰ ਜੀ ਸਾਡੇ ਦਰਮਿਆਨ ਨਹੀਂ ਰਹੇ, ਜਿਹੜੇ ਕਿ ਬਹੁਤ ਹੀ ਸੇਵਾ ਭਾਵਨਾ ਵਾਲੇ ਇਨਸਾਨ ਸਨ, ਮਿਊਂਸੀਪਲ ਕਮੇਟੀ ਵਿੱਚ ਮੁਲਾਜ਼ਮ ਸਨ, ਆਪਾਂ ਸਾਰਿਆਂ ਦਾ ਉਹਨਾਂ ਨਾਲ ਬਾਹਰ ਰਹਿੰਦਾ ਸੀ, ਹਮੇਸ਼ਾ ਹੀ ਉਹ ਕੋਸ਼ਿਸ਼ ਕਰਦੇ ਸਨ ਕਿ ਲੋਕਾਂ ਦੀ ਸੇਵਾ ਕੀਤੀ ਜਾ ਸਕੇ। ਜਿਹਨੇ ਵੀ ਸਾਸਨ ਬੈਠੀ ਹੈ ਅੱਜ ਬਾਬਾ ਰਾਜੇਸ਼ ਕੁਮਾਰ ਜੀ ਨੂੰ ਜਿਹੜੇ ਲਾਸਟ ਅੰਤਮ ਅਰਦਾਸ ਕਰਨ ਲੱਗੇ ਉਹਦੀ ਸੰਧਾਨਗੀ ਦੇ ਵਿੱਚ ਬੈਠੇ, ਇਹ ਅਰਦਾਸ ਇਹ ਪਰਮ ਪਿਤਾ ਪਰਮਾਤਮਾ ਦੇ ਪਾਸ ਹੈ। ਇਸ ਅਰਦਾਸ ਦੇ ਵਿੱਚ ਆਏ ਹੋਏ ਜਿੰਨੇ ਵੀ ਮਿੱਤਰ ਸੰਬੰਧੀ, ਅਫਸਰ ਸਾਹਿਬਾਨ, ਮੇਰੀਆਂ ਭੈਣਾਂ ਬੇਟੀਆਂ, ਅੱਜ ਤਾਂ ਦੁੱਖ ਉਸਨੂੰ ਪਤਾ ਹੈ ਜਿਹਦੇ ਉੱਤੇ ਪਹਾੜ ਗਿਰਿਆ। ਇੱਕ ਵਾਰੀ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਪੰਡਿਤ ਸ਼੍ਰੀ ਕਰਮਨਾਥ ਜੀ ਅਰਦਾਸ ਕਰਵਾਉਣਗੇ 2 ਮਿੰਟ ਲਈ, ਔਰ ਸਾਰੇ ਅਰਦਾਸ ਲਈ ਆਪਣੇ ਆਪਣੇ ਸਥਾਨ 'ਤੇ ਖੜ੍ਹੇ ਹੋ ਜਾਣਗੇ। ਮਨ ਕੀ ਮਾਲਾ ਚਲਦੀ ਜਾਏ ਸਵਾਸ ਸਵਾਸ ਪਰਨਾਥ ਵਿਸ਼ੇ ਵਿਕਾਰੋਂ ਸੇ ਪ੍ਰਭੂ ਰਖਨਾ ਦੇ ਕਰਿਆਤ ਐਸੇ ਪੁਰਸ਼ ਮਿਲਤੇ ਰਹੇ ਸਿਮਰਨ ਹੋ ਤੇਰਾ ਨਾਮ ਮਨ ਵਾਣੀ ਔਰ ਕਰਮ ਸੇ ਕਰੇ ਸਦਾ ਸ਼ੁਭ ਕਾਮ ਸਗਲ ਜਗਤ ਕੇ ਨਾਥ ਜੀ ਦੇ ਜਾਮੇ ਵਰਦਾਨ ਸ਼ਾਂਤੀ ਔਰ ਸੰਤੋਸ਼ ਦੋ ਬਖਸ਼ੋ ਗੁੜ ਗਿਆਨੇ ਸਾਧੂ ਸੰਗਤ ਹੋਤੀ ਰਹੇ ਕਾਇਆ ਸ਼ੁੱਧ ਹੋ ਜਾਏ ਭੂਲੇ ਨਾ ਬਾਣੀ ਤੇਰੀ ਸਿਮਰਤੀ ਐਸੀ ਆਏ ਤਾਲੀ ਲੇ ਕਰ
ਵਿੱਚ ਮੇਵੰਦੇ ਨਾ ਰੂਪ ਪ੍ਰਸ਼ਾਦ ਤੇਰਾ ਗੁਣਗਾਨੀ ਹੈ ਸੰਗਤ ਕੁਮਰਾ ਰੂਪ ਵਾਲਮੀਕਿ ਸਤਨਾਮ ਕੋ ਜੋ ਸਿਮਰੇ ਮਨ ਲਾਏ ਸੱਚੇ ਨਾਮ ਜਹਾਜ ਪਰ ਚੜ੍ਹਵ ਕੁੰਟ ਮੇ ਜਾਏ ਬੜੇ ਸੁਨੇ ਜੋ ਯੋਗੀ ਮਾਂ ਦੇ ਕਰ ਪੂਰਾ ਧਿਆਨ ਉਨ ਵਰਦਾਤਾ ਵਾਲਮੀਕ ਜੀ ਹੋਤੇ ਹੈ ਦਯਾਨ ਕਹੇ ਰਿਸ਼ੀ ਨਾਥ ਹੇ ਬ੍ਰਹਮ ਰਿਸ਼ੀ ਦੇਖੋ ਗਿਆਨ ਪ੍ਰਕਾਸ਼ ਜੀਵਨ ਮੁਕਤੀ ਕੇ ਲੀਏ ਹਮ ਕਰਦੇ ਹੈ ਅਰਦਾਸ ਜੀਵਨ ਮੁਕਤੀ ਕੇ ਲੀਏ ਹਮ ਕਰਦੇ ਹੈ ਅਰਦਾਸ ਜੋ ਬੋਲੇ ਸੋ ਗ੍ਰਹਿ ਭਗਵਾਨ ਵਾਲਮੀਕਿ ਮਹਾਰਾਜ ਜੀ ਜੈ ਹੇ ਪਰਮ ਪਿਤਾ ਦਾਤਾ ਜੀਓ ਆਪ ਜੀ ਦੇ ਚਰਨ ਕਮਲਾਂ ਦੇ ਵਿੱਚ ਜਾਗਰਾਜੀ ਦਿਵੰਗਤ ਆਤਮਾ ਸਵਰਗੀ ਸ਼੍ਰੀ ਰਜੇਸ਼ ਕੁਮਾਰ ਭਗਤ ਜੀ ਨੂੰ ਆਪਣੇ ਚਰਨ ਕਮਲਾਂ ਦੇ ਵਿੱਚ ਨਿਵਾਸ ਦੇਣਾ ਤਥਾ ਇਹ ਦੁੱਖ ਦਾ ਭਾਣਾ ਬੰਧਨ ਦੀ ਸਮਰੱਥਾ ਇਸ ਪਰਿਵਾਰ ਨੂੰ ਬਖਸ਼ਣਾ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕਿ ਮਹਾਰਾਜ ਜੀ ਜੈ ਸਾਰੇ ਮਾਤਾ ਜੀ ਕੀ ਆਪਣੇ ਆਪਣੇ ਸਥਾਨ ਤੇ ਬੈਠ ਜਾਣ ਬਾਕੀ ਸਾਰੀ ਸੰਗਤ ਵਾਸਤੇ ਚਾਹ ਦਾ ਪ੍ਰਸ਼ਾਦ ਅਤੇ ਲੰਗਰ ਆਦਿ ਦੀ ਵਿਵਸਥਾ ਪਰਿਵਾਰ ਵੱਲੋਂ ਸਾਰੀ ਸੰਗਤ ਵਾਸਤੇ ਕੀਤੀ ਗਈ ਹੈ ਤਾਂ ਸਾਰੀ ਸੰਗਤ ਲੰਗਰ ਛਕਣ ਦੀ ਕਿਰਪਾਲਤਾ ਕਰੋ ਤੇ ਚਾਹ ਦਾ ਲੰਗਰ ਪੀਣ ਦੀ ਕਿਰਪਾਲਤਾ ਕਰੋ ਜੀ ਸਾਰੇ ਪਰਿਵਾਰ ਵੱਲੋਂ ਇੱਥੇ ਬੇਨਤੀ ਪਰਿਵਾਰ ਵੱਲੋਂ ਬੇਨਤੀ ਰਜੇਸ਼ ਕੁਮਾਰ ਜੀ ਮੇਰੇ ਬਹੁਤ ਹੀ ਅੱਛੇ ਚੰਗੇ ਦੋਸਤ ਸਨ ਇਹਨਾਂ ਦੀ ਡੈਥ ਦੇ ਨਾਲ ਜੋ ਇਹਨਾਂ ਦੇ ਪਰਿਵਾਰ ਨੂੰ ਘਾਟਾ ਹੋਇਆ ਹੈ ਉਹ ਤਾਂ ਹੋਇਆ ਹੀ ਹੈ ਬਾਕੀ ਸਾਡੇ ਸ਼ਹਿਰ ਸਾਰੇ ਸ਼ਹਿਰ ਨੂੰ ਇਹਨਾਂ ਦੀ ਡੈਥ ਦਾ ਬਹੁਤ ਹੀ ਜ਼ਬਰਦਸਤ ਘਾਟਾ ਹੋਇਆ ਜੋ ਕਿ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਰਜੇਸ਼ ਕੁਮਾਰ ਜੀ ਦੀ ਜੋ ਬਹੁਤ ਚੰਗੀ ਆਦਤ ਸੀ ਉਹਨਾਂ ਦੇ ਕੋਲ ਕੋਈ ਵੀ ਬੰਦਾ ਕੰਮ ਜਾਂਦਾ ਸੀ ਉਹ ਉੱਠ ਕੇ ਆਪ ਚਾਹੇ ਕੋਈ ਵੀ ਗਰੀਬ ਹੈ ਹਰ ਇੱਕ ਬੰਦੇ ਦਾ ਧਿਆਨ ਰੱਖਦੇ ਸਨ ਇਹਨਾਂ ਦੇ ਭਰਾ ਅਜੇ ਕੁਮਾਰ ਜੀ ਵਾਈਸ ਪ੍ਰਧਾਨ ਨਗਰ ਕੌਂਸਲ ਦੇ ਹਨ ਉਹ ਵੀ ਬਾੜ ਦੀ ਸ਼ਹਿਰ ਦੀ ਬਹੁਤ ਹੀ ਜ਼ਿਆਦਾ ਸੇਵਾ ਕਰਦੇ ਹਨ ਰਜੇਸ਼ ਕੁਮਾਰ ਜੀ ਦੇ ਡੈਥ ਦਾ ਸਾਰੇ ਸ਼ਹਿਰ ਨੂੰ ਸਾਡੇ ਬਹੁਤ ਘਾਟਾ ਹੋਇਆ ਜੋ ਕਿ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਅਸੀਂ ਪਰਮਾਤਮਾ ਅੱਗੇ ਬੇਨਤੀ ਕਰਦੇ ਹਾਂ ਵੀ ਰਜੇਸ਼ ਕੁਮਾਰ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਸਥਾਨ ਦੇਣ ਅਤੇ ਪਰਿਵਾਰ ਨੂੰ ਸਾਰਿਆਂ ਨੂੰ ਬਲ ਬਖਸ਼ਣ ਅਤੇ ਬਹੁਤ ਹੀ ਇਹਦਾ ਦੁੱਖ ਹੋਇਆ ਜੋ ਰਜੇਸ਼ ਕੁਮਾਰ ਜੀ ਦੀ ਡੈਥ ਦਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਭਗਵਾਨ ਵਾਲਮੀਕਿ ਮਹਾਰਾਜ ਕੀ ਜੈ ਪਰਮ ਪਵਿੱਤਰ ਆਤਮਾ ਸਵਰਗੀ ਸ਼੍ਰੀ ਰਜੇਸ਼ ਕੁਮਾਰ ਜੀ ਜੋ ਕਿ ਬੱਗਣ ਗੋਤਰ ਦੇ ਵਿੱਚ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਦੇ ਵਿੱਚ ਅਵਿਰਾਜੀ ਹਨ ਉਹਨਾਂ ਦੀ ਅੰਤਿਮ ਕਿਰਿਆਕ੍ਰਮ ਸਮੇਂ ਰਸਮ ਬਣੀ ਮਥਾਲੇ ਦੇ ਉੱਪਰ ਸਾਰਿਆਂ ਨੇ ਪਰਮ ਪਵਿੱਤਰ ਆਤਮਾ ਸਵਰਗੀ ਰਜੇਸ਼ ਕੁਮਾਰ ਜੀ ਨੂੰ ਸ਼ਰਧਾ ਸੂਨ ਭੇਟ ਕਰਦੇ ਹੋਏ ਪਰਮ ਪਾਵਨ ਮੁਕਤੀ ਮਾਲਾ ਜਾਪ ਕਰਨਾ ਹੈ ਆਦੇ ਵਾਲਮੀਕਾਏ ਨਮੋ ਨਮਃ ਆਦੇ ਵਾਲਮੀਕਾਏ ਨਮੋ ਨਮਃ ਆਦੇ ਵਾਲਮੀਕਾਏ ਨਮੋ ਨਮਃ ਆਦੇ ਵਾਲਮੀਕਾਏ ਨਮੋ ਜਤਾ
का कर देता मोक्ष लेकर मन के चारिये धागा ध्यान लगाई सुरति शब्द को मिल करे तुम्हारा दर्शन पाई वाय अक्षर का वास है लामे लोक पर लोक मा मन में जो खो जता का कर देता मोक्ष लेकर मन के चारिये धागा ध्यान लगाई सुरति शब्द को मेल करे तुम्हारा दर्शन पाए भगवान वाल्मीकि की जय जगत पिता वाल्मीकि की जय आदि धर्म की जय आदि तीर्थों की जय आदि धर्म के सभी महापुरुषों की जय जो बोले सो नृ है भगवान वाल्मीकि महाराज की जय। तो जी हाँ सुचि करो ज्योति महाज्योति आत्म ज्योति प्राणा ज्योति नमो नमः प्राणा ज्योति नमो नमः ओम ज्योति पुरुषाय धीमहि तन्नो ज्योति चंद्रमा देवता वसु देवता रुद्रो देवता शांत ब्रह्मा शांत गुम शांत देवी शांति श्यामा शांत देवी शुभ शांत हरि ओम विश्वाणी देव सावित्रम दुर्तानि यदभद्रम कन्या सीमा पुरातर्षे कपी करनाय क्षत्रेन्द्राय प्रभा महेता शमर शद्रे दिवचतश्पदे विश्वं पुष्टं ग्रामीयास्मी तुन्नात्रं तंत देवसा विक्रम यज्ञं परहो बृहस्पति ब्राह्मणे तेनियम देनिपति मादास्तु विश्व देवासी हा मार्जनं तो प्रतिष्ठ ईश्वर कृष्णं जगिन निजंतरे सतिष्ठद्यं सुप्रतिष्ठा वरदो वंते देवा ओम गणनंत्वा गणपते गुंगहवामहे नंत्वा प्रियपति गुंगहवामहे निनंत्वा निधिपति गुंगवासमा हम जानकर्दात्म से गर्दाम ओम नमो गणभ्यो गणपति नय सचमो नमो नम ओम सामुचे दंत कपलो नाश्यो धुमके दक्षो भाल के चंद्रो ज्ञानद्वारशी नमाने जापते हरि ओम नमो नम विद्यारंभे हरि ओम नमो नम क्रिया समीचे प्रवेश संग्रामे संघे विघन सत्सांगे हरि ओम गणाधिपते देती कोटि देवी देवता सहित हरि ओम गुरु वाल्मीकाय नमो नमः तस्मै गुरु वाल्मीकाय नमो नमः तस्मै गुरु वाल्मीकाय नमो नमः गुरु ब्रह्मे गुरु विष्णु गुरुदेव महेश्वर गुरु साक्षात पारब्रह्मे तस्मै श्री गुरुदेवाय नमो नमः हरि ओम नमो नमः तत्सत ब्रह्म द्वितीय प्रीराद्रे श्री श्वेताग्रदेवास मंत्रष्टम विशांतम युगे कलयुगे प्रथम चरणे जम्बू दीपे भागखंडादवासी वर्तमाने संवत्सरे 2074 संवत्सरे मासो नाम आमुक मासो नाम हरि ओम नमो नम आमुक मासो नाम हरि ओम नमो नम आमुक मासो नाम हरि ओम नमो नम आश्विन मासो नाम आमुक तिथमे हरि ओम नमो नम सप्तम तिथमे वाल्मीकिष्टमे आमुक कुल गोत्र नाम से हरि ओम बगन गोत्र पन्नो आमुक नाम ने भूता नाम प्राणी नाम जीवात्मा नाम हरि ओम ब्रजेश्वर कुमार बगन जी नाम में हरि ओम नमो नम अनुज भ्राता द्वारा छोटे भ्राता द्वारा आमुक नाम से हरि ओम नमो नम अपना नाम बोलो जी अजय कुमार जी नाम से हरि ओम आमुक के सपुत्र नाम से हरि ओम नमो नम मानव भगन जी नाम से हरि ओम नमो नम सुपरवार सहित हरि ओम नमो नम दुंगत आत्मा शांति निमित्त पितृकर्म कृष्यामि नमो नमा ओम पितृकर्म कृष्यामि नमो नमा ओम पितृकर्म कृष्यामि नमो नमा हरि ओम सर्वप्रथम भगवान गणाधिपते सर्वे देवी देवता भ्यो नमो नमः सर्वे देवी देवता भ्यो नमो नमः ओम भगवान गणाधिपते पादं मृगमाचमि स्नानं च समर्पयामि ओम पादं अर्घमाचमि स्नानं च समर्पयामि पादं कुलविरक्तते पादं मृगमाचमि स्नानं च समर्पयामि ओम हरि ओम नमो नम ओम मंगलसूत्र वस्त्र उपवस्त्र च समर्पयामि मंगलसूत्र वस्त्र उपवस्त्र च समर्पयामि मंगलसूत्र वस्त्र उपवस्त्र च समर्पयामि ओम अक्षतानं च समर्पयामि ओम अक्षतानं च समर्पयामि ओम अक्षतानं च समर्पयामि अक्षतानं
చాలు చదాదేవు ఓం అక్షతానం చే సమర్పయామి ఓం అక్షతానం చే సమర్పయామి ఓం మిష్ఠానం చే సమర్పయామి మిష్ఠానం చే సమర్పయామి ఇక్ లాంగ్ లెట్ పారి పుంగీ ఫలం సమర్పయామి ఏలా ఫలం సమర్పయామి తాములం చే సమర్పయామి తాములం చే సమర్పయామి తాములం చే తాములం చే సమర్పయామి ఓం పత్రపుష్పం చే సమర్పయామి పత్రపుష్పం చే పత్రపుష్పం చే సమర్పయామి ధూపం దీపం చే దర్శయామి ఇస్ తరం కర్దేవు ఓం ధూపం దీపం చే అర్ఘ్యామి ధూపం దీపం చే అర్ఘ్యామి హరి ఓం నమో నమస్కరోమి చే సమర్పయామి ఓం నమస్కరోమి చే సమర్పయామి ఓం వకటున్మాకాయ సూర్యకోటి సంప్రభా ప్రార్థనా హే ప్రభు స్వీకార కరే గురు గణపతి మహారాజ కీ జయ సర్వప్రథమ భగవాన్ గణాధిపతి అభ్యామి స్థాభ్యామి నమో హరి ఓం అక్షి శంకా శంకీతవాసువాసోరి ఓం నమో నం ప్రేతాత్మానమిత హరి ఓం నమో నం నమో నం పూలమాలా అర్పణ సమయ హరి ఓం నమో నం ఓం జీవాత్మా శాంతి శాంతి నమో నమః జీవాత్మా శాంతి కులగోత్రే శాంతి బ్రహ్మండే శాంతి పిండే శాంతి సర్వతోర్ శాంతి హే జీవాత్మా నమో నం శాంతి శాంతి నమో నమః హరి ఓం నమో నం ఓం పత్రోం విధం నందం చే సమర్పయామి ఓం హరి ఓం అక్షతానం చే సమర్పయామి ఓం అక్షతానం చే సమర్పయామి ఓం విధం నందం చే సమర్పయామి ఓం ఇద్దం గంధం చే సమర్పయామి ఇద్దం గంధం చే సమర్పయామి ఇద్దం గంధం చే సమర్పయామి ఓం ఇద్దం గంధం చే సమర్పయామి ఇద్దం గంధం ఓంకార విద్దూషను గంతే యోగిన్ కాంతా మోక్ష చే భగవాన్ ఓంకారాయ నమః నమః పరమాత్మా ఓంకారాయ నమః నమః హరి ఓం నమో నమః ఓంకార దేవతాభ్యామి స్థాభ్యామి నమో నమః భగవాన్ ఓంకార దేవతాభ్యామి స్థాభ్యామి నమో నమః హరి ఓం భగవాన్ ఓంకారాయ నమః నమః తిను ఓం హరి ఓం భగవాన్ ఓంకారాయ నమో నమః భగవాన్ ఓంకారాయ నమో నమః హరి ఓం నమో నమః ఓం హరి ఓం నమో నమః ఓం గురు బ్రహ్మే గురు విష్ణు గురు దేవ మహేశ్వరే గురు సాక్షాతే పార్వణమే తస్మై గురు వాల్మీకాయ నమో నమః తస్మై గురు వాల్మీకాయ నమో నమః హరి ఓం నమో నమః నమో నమః హరి ఓం ఓం గురువే స్వయ చతుర్భుజా యోగినీ భ్యో నమో నమః 64 యోగినీయా భ్యో నమో నమః 64 యోగినీయా భ్యో నమో నమః ఓం హరి ఓం గౌరీ పద్మా సేతి మేధా సావిత్రీ జయ దేవ సేనా సదా స్వాహా నమస్తుతే మాస్టర్ గౌరీ సొండ స్మృతికా భ్యో నమో నమః మాస్టర్ గౌరీ సొండ స్మృతికా భ్యో నమో నమః మాస్టర్ గౌరీ సొండ స్మృతికా భ్యో నమో నమః పురుద్దిశాయ బ్రహ్మ జ్ఞాన బుద్ధి వాస్మి సురుచవన్ ఆవా ఔవన్నాస్య విష్ట వివే బ్రహ్మ దేవ సైత మహాబ్రాహ్మణి భ్యో నమః పురుద్దిశా నమో నమః శాంతి హరి ఓం పశ్చిమ దిశాయ విష్ణు 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 రరాటమసే విష్ణు సర్వ విష్ణు చౌరాసి విష్ణు ద్రవోసి విష్ణుమసి విష్ణు వేకా భగవాన్ విష్ణు నారాయణ సైత మహాలక్ష్మీ భ్యో నమో నమః పశ్చిమ దిశాయ నమో నమః శాంతి శాంతి నమో నమః హరి ఓం నమో నమః ఓం శ్రీ సత్య లక్ష్మీ సద్గోరాత్రి చిత్రేణ శమో విష్ణా ఇష్ణా మా విష్ణా ఉమా కాని ఓం హరి ఓం మహాలక్ష్మీ భ్యో నమో నమః ప్రాణజ్యోతి నమో నమః ప్రాణజ్యోతి నమో నమః ప్రాణజ్యోతి నమో నమః ప్రాణజ్యోతి నమో నమః హరి ఓం నమో నమః స్వామి కార్తికే భూతాగణాధ్యక్ష భ్యో నమో నమః స్వామి కార్తికే భూతాగణాధ్యక్ష భ్యో నమో నమః స్వామి కార్తికే భూతాగణాధ్యక్ష భ్యో నమో నమః ఓం సూర్యది నవగ్రహ పుణ్యమస్మే సౌరమండల దాతా భగవాన్ సూర్యనారాయణ భ్యో నమో నమః భగవాన్ సూర్య నారాయణ భ్యో నమో నమః ఓం గురువే స్వాయ భగవాన్ చంద్రమసే నమో నమః భగవాన్ చంద్రమసే నమో నమః భగవాన్ చంద్రమసే నమో నమః ఓం గురువే స్వాయ భగవాన్ భౌమాయ నమో నమః భగవాన్ భౌమాయ నమో నమః ఓం గురువే స్వాయ భగవాన్ బుద్ధాయ నమో నమః భగవాన్ బుద్ధాయ నమో నమః ఓం గురువే స్వాయ భగవాన్ బృహస్పతి నమో నమః 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 ఓం గురువే స్వాయ భగవాన్ శాశుక్రాయ నమో నమః శాశుక్రాయ నమో నమః శాశుక్రాయ నమో నమః ఓం గురువే స్వాయ భగవాన్ సంశీచ్రాయ నమో నమః సంశీచ్రాయ నమో నమః ఓం గురువే స్వాయ భగవాన్ రారావాయ నమో నమః రారావాయ నమో నమః ఓం గురువే స్వాయ భగవాన్ కాకేతువాయ నమో నమః కాకేతువాయ నమో నమః ఓం బ్రహ్మరాదిత్ గంకారి భాను శుచి భూమసత్ భూసత్ శుక్ర శని రాహు కేతవే సర్వే గ్రహే నమో నమః శాంతి శాంతి నమో నమః ఓం సర్వే గ్రహ ఓం సర్వే గ్రహ నమో నమః శాంతి శాంతి నమో నమః ఓం సర్వే గ్రహ నమో నమః శాంతి శాంతి నమో నమః సర్వే గ్రహ అభ్యామి స్థాభ్యామి నమో నమః సర్వే గ్రహ పుణ్యం సమే సర్వాత్మ ఓం సర్వే గ్రహ
ఓం హరి ఓం పాది పాంచమీ స్నానం చేసి స్మర్పయామి ఓం పాద్యం అర్హం పాంచమీ స్నానం చేసి స్మర్పయామి ఓం మంగళసూత్ర వస్త్రోపవస్త్రం చేసి స్మర్పయామి మంగళసూత్ర వస్త్రోపవస్త్ర చేసి స్మర్పయామి మంగళసూత్ర వస్త్ర ఉపవస్త్ర చేసి స్మర్పయామి ఓం మంగళసూత్ర వస్త్ర ఉపవస్త్ర చేసి స్మర్పయామి ఓం మంగళసూత్ర వస్త్రోపవస్త్ర చేసి స్మర్పయామి ఓం మంగళసూత్ర వస్త్రోపవస్త్ర చే సమర్పయామి మంగళసూత్ర వస్త్రోపవస్త్ర చేసి స్మర్పయామి ఓం ఇద్దం గంధం చేసి స్మర్పయామి ఓం ఇద్దం గంధం చేసి స్మర్పయామి దం గంధం చేసి స్మర్పయామి ఓం ఇద్దం 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 గంధం చేసి స్మర్పయామి త్రిగచిత ఓం హరి ఓం నమో నమః ఇద్దం గంధం చేసి స్మర్పయామి ఓం ఇద్దం గంధం ఓం ఇద్దం గంధం ఓం ఇద్దం గంధం చేసి స్మర్పయామి ఓం ఇద్దం గంధం చేసి స్మర్పయామి దం గంధం చేసి స్మర్పయామి ఓం ఇద్దం గంధం చేసి స్మర్పయామి ఓం ఇద్దం గంధం చేసి స్మర్పయామి ఓం హరి ఓం అక్షతానం చేసి స్మర్పయామి అక్షతానం అక్షతానం చేసి స్మర్పయామి ఓం సర్వేగ్ర అక్షతానం ఆజ్నిష్ఠానం చేసి స్మర్పయామి ఓం పునరాజ్నిష్ఠానం చేసి స్మర్పయామి ఓం పునరాజ్నిష్ఠానం చేసి స్మర్పయామి ఓం చేసి స్మర్పయామి పత్రపుష్పం చేసి స్మర్పయామి సర్వేగ్ర పత్రపుష్పం పత్రపుష్పం చేసి స్మర్పయామి ఓం పత్రపుష్పం చేసి స్మర్పయామి పత్రపుష్పం చేసి స్మర్పయామి ఓం పత్రపుష్పం చేసి స్మర్పయామి ఓం పత్రపుష్పం చేసి స్మర్పయామి హరి ఓం నమో నమః ఓం పుంగీ ఫలం ఇలా ఫలం తాములం చేసినామి ఇలా ఫలం స్మర్పయామి తాములం చేసి స్మర్పయామి ఓం తాములం చేసి స్మర్పయామి ఓం తాములం చేసి స్మర్పయామి తాములం చేసి స్మర్పయామి ఓం తాములం చేసి స్మర్పయామి తాములం ఓం విష్ణు భగవాన్ నితర్యం పుంగీ ఫలం ఇలా ఫలం తాంబూలం చేసి స్మర్పయామి పూర్వదిశాయ బ్రహ్మాజీ నామ్ని గురు వాల్మీకి నామ్ని హరి ఓం నమో నమః శివాస్తే పుంగీ ఫలం ఇలా ఫలం తాంబూలం చేసి స్మర్పయామి దక్కన్ దిశ పితృలోక నిమిత్త హరి ఓం నమో నమః పుంగీ ఫలం ఇలా ఫలం తాంబూలం చేసి స్మర్పయామి ఓం మిష్టానం వేద్యాం చేసి స్మర్పయామి ఓం మిష్టానం వేద్యాం చేసి స్మర్పయామి ఓం మిష్టానం నవేద్యాం చేసి స్మర్పయామి మిష్టానం నవేద్యాం చేసి స్మర్పయామి ఇస్తున్నాం ధూపం దీపం చే దర్శయామి ధూపం దీపం చే దర్శయామి ధూపం దీపం చే దర్శయామి ధూపం దీపం హాత్ ఓం పూర్వ దిశాయ బ్రహ్మాజీ విరాజమాని మా బ్రాహ్మణి విరాజమాని హే భూమి నివాసి జీ పశ్చిమ దిశాయ విష్ణుజీ విరాజమాని మహాలక్ష్మి విరాజమాని హే విష్ణు భగవాన్ ఉస్ జీవాత్మకు అప్నే చరణ కమలో నివాస్ కీజియే ఉత్తర దిశాయ సదాశివ విరాజమాని మా ఉమా విరాజమాని హే శివ శంకర భగవాన్ ఉస్ జీవాత్మకు అప్నే చరణ కమలో నివాస్ కీజియే దక్కన్ దిశాయ నర్తక్ కోణే ధర్మరాజ స్థానే ధర్మరాజ సహిత మా కాళికాది విరాజమాని హే ధర్మరాజ జీ ఉస్ జీవాత్మకు అప్నే చరణ కమలో నివాస్ కీజియే హే పిత్రో ఉస్ జీవాత్మకు अपने चरण कमलों में निवास दीजिए हे गुरु वाल्मीकि जी महाराज उस जीवात्मा को अपने चरण कमलों में निवास दीजिए सूर्यादि नवग्रह देवी देवता सर्वे ग्रह नमो नम शांति 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 ओम सर्वे ग्रह नमो नम शांति शांति नमो नमः ओम सर्वे ग्रह नमो नम शांति शांति नमो नमः హరి ఓం నమో నమ సర్వే గ్రహ నమో నమ శాంతి శాంతి నమోర్మా ఓం సర్వే గ్రహ నమో నమ శాంతి శాంతి నమోర్మా హరి ఓం నమో నమ నామ్ని హరి ఓం దక్షిణాం చే సమర్పయామి హరి ఓం నమో నమ ఓం పుర్దిశా హరి ఓం నమో నమ విష్ణుజీ నామ్ని హరి ఓం నమో నమో ఉత్తర దిశాయ సదాశివ నామ్ని హరి ఓం నమో నమ దక్షిణ దిశా పితృలోక నిమిత్త హరి ఓం దక్షిణ స్థానం చే దక్షిణాం చే సమర్పయామి హరి ఓం నమో నమ సర్వే గ్రహ నమో నమ శాంతి శాంతాకార గ్రంథైన పదం నామశ్రీశ్వర విశ్వాధార కులగన టిక్కల అనుసారి పిండాలు కోటం నుండి కోటం 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 నేను ఇద్దరు మందరు త్రేతా ద్వాపర కల్జు పృథ్వీ చరణో వర్తమాని ఆముఖ్య ప్రేతాత్మ శాంతి వాస్తే సంగతి వాస్తే మోక్ష వాస్తే ప్రథమ పిండ ఏష్ పిండతే శిర్పూర్కే పిండ దాన్.
ओम हरि ओम प्रथम पिंड ईष्ट पिंड हरि ओम श्री पूज्य पिंड दान नमो नमः हरि ओम नमो नम ओम द्वितीय पिंड हरि ओम नमो नम ईष्ट पिंड हरि ओम गर्दन पूज्य पिंड दान हरि ओम नमो नम ईष्ट पिंड ते गर्दन पूज्य पिंड दान हरि ओम नमो नम ओम तृतीय पिंडम ईष्ट पिंड ते हरि ओम नमो नम भुजापुर के पिंडदान भुजापुर के पिंडदान हरि ओम नमो नम ओम चतुर्थ पिंड हरि ओम नमो नम ओम चतुर्थ पिंड हरि ओम नमो नम ईष्ट पिंड ते हरि ओम नमो नम यादहापुर के पिंडदान हरि ओम नमो नम ईश पिंड ते रोम दंत केश नूबालपुर के पिंडदान पिंडदान नमो नम हरि ओम नमो नम नवम पिंड ईश पिंड ते हरि ओम नमो नम ईश पिंड ते हरि ओम नमो नम भूख प्यास शुभदेहपुर के पिंडदान पिंडदान नमो नम हरि ओम निमित्त हरि ओम नमो नम रास्ते निमित्त भोजनपुर के पिंडदान हरि ओम नमो नम ओम हरि ओम नमो नम पिंडी दान सपिंडी दान हरि ओम नमो नम आमुक्य हरि ओम आमुक्य आमुक्य पर पितामा नाम ने वृद्ध पर पितामा नाम ने अपने पड़दादा ये नाम बोलो श्री चेत राम जी नाम से हरि ओम पड़दादा नाम ने हरि ओम महावृद्ध पर पितामा नाम ने हरि ओम पिंडी दान सपिंडी दान हरि ओम नमो नम पड़दादा नाम ने हरि ओम पिंडी दान सपिंडी दान हरि ओम नमो नम ओम द्वितीय स्पिंडी हरि ओम नमो नम द्वितीय स्पिंडी हरि ओम नमो नम पूजनीय स्वर्गीय राजकुमार जी देव चरणा च निवास करो आप दी पिंडी आप दे दादे दे नाल मिनसाई गई है उन्हां नाम बोलो गोत्र दा नाम बोलो अपने परदादा ये नाम बोलो उन्हां दे चरणा च जाके निवास करो वही जी वात्मा पूर्व दिशा ब्रह्मा जी दे विच आप दी पिंडी जा मिले ये जी वात्मा आप दी पिंडी पश्चिम दिशा विष्णु जी दे विच जा मिले ये जीवात्मा आप दी पिंडी उत्तर दिशा सदा शिव दे विच जा मिले तकिया दा प्रथमी चरणों वर्तमाने नाना नानी के वंश में ताऊ चाची के वंश में बहन बुआ के वंश में अड़ोस में पड़ोस में मित्र प्यारा गली का मोहल्ले का नदी में डूब कर मर गया हो भयानक दुर्घटना से मर गया हो भयानक रोग से मर गया हो अकाल मृत्यु को जो भी प्राप्त हुए हैं घर के परिवार के बाहर के यदि कोई हमसे रुष्ट होकर पिंड की इच्छा करता हो हे आतृप्त आत्मा प्रेत आत्मा नाग स्वरूपी काल स्वरूपी देव स्वरूपी जो भी हमारे खानदान में हैं आप सभी के निमित्त पिंड दान हमारे हाथ से उन सभी औत प्रेत मूले भटके पितरों के नाम पिंड दान पिंड दान पिंड दान ओम सर्वो पिंडो परिष्ठान हम चे समर्पयामि ओम सर्वो पिंडो कृष्णान हम चे समर्पयामि ओम सर्वो पिंडो परिष्ठान हम चे समर्पयामि सर्वो पिंडो परिष्ठान हम चे समर्पयामि सर्वो पिंडो परि ओम हरि ओम सर्वो पिंडो परि हरि ओम नमो नम अक्षतानं चे समर्पयामि सर्वो पिंडो परिक्षतानं चे समर्पयामि हरि ओम चे समर्पयामि तामूलं चे समर्पयामि हरि ओम सर्वो पिंडो परि पुष्पाणि चे समर्पयामि सर्वो पिंडो परि पुष्पाणि चे समर्पयामि मातलोके भूमये शान्ति शान्ति नमो नमः मातलोके भूमये शान्ति शान्ति नमो नमः बोलो ओम मन द्वारा किए गए
पापों की शांति के लिए श्वेत सरसों दाना। हरिओम नमो नम मन द्वारा किए गए पापों की शांति के लिए श्वेत सरसों दान। हरिओम नमो नम जो इंद्रलोक शांति ही शांति नमो नम। हरिओम नमो नम शरीर द्वारा किए गए पापों की शांति के लिए हरिओम जौ दान। हरिओम नमो नम नमो नम हरिओम नमो नम। हरिओम नमो नम ओम हरिओम काले तिल। हरिओम नमो नम मुख द्वारा किए गए पापों की शांति के लिए हरिओम तिल दान। हरिओम नमो नम तिला कुंजनी नाम में। हरिओम नमो नम प्रेत आत्मा शांति निमित्त। हरिओम नमो नम नमो इसका चल। हरिओम नमो नम दक्षिण दिशाए नेत्र कोणे धर्मराज स्थाने भूत प्रेत पचाश यम शक नील सर्व रोग विराजमाने दक्षिण दिशा पितृ लोक शांति शांति नमो। दक्षिण दिशाए दक्षिण दिशा पितरलोक शांति देवलोक सोने का दिया चांदी की बाती हे दिए तो उस जीवात्मा का धर्म का साक्षी हे दिए उस जीवात्मा को यम लोक में पितर लोक में भूत लोक में उस जीवात्मा को अंधकार से प्रकाश की ओर ले जाना उस जीवात्मा को रास्ता दिखाना जीवात्मा निमित्त दिया दान का कुछ उन्होंने मंजे वाले कर दी ना हाथ अपना ओम दिया दान मंजीवालो हे जीवात्मा आप दे निमित्त दिया दान ओम हरि ओम नमो नम गौष्णान समर्पयामि ओम गौष्णान समर्पयामि गौष्णान समर्पयामि ओम गौष्णान समर्पयामि बोलो। हे गौ माता देवेश्वरी बड़े लंबे चौड़े यम मार्ग विच शोक ते संताप दियां लहरां दे नाल दुखी होए हुए असां लोकां दी रक्षा करने वाली गौ माता आप हो आपका दान बतवी नदी तो पार लगाने वास्ते कर जा रहे हैं गौं उस जीवात्मा के पिछे हो गौं उस जीवात्मा के अगे हो बतवी नदी तो पार लगा दी। ओम जीवात्मा नमित गौ ओम हरि ओम छेजा करम समय हरि ओम नमो नम छेजा करम समय हरि ओम नमो नम मां सर्वे ग्रह नमो नम शांति खड़े अगर दान रजाई दान पांच पात्र दान फल दान मिष्ठान दान युति जोड़ा दान वस्त्र दान पिंड दान गौ दान कुजिया दान एक लख कपड़ा दान समान। ये जो वस्तुआं आप दे निमित्त दान कीतियां हन अपनी मित अनुसार दान कीतियां हन ये आप नू देव लोक दे विच पितर लोक दे विच यम लोक दे विच भूत लोक दे विच आप नू संपूर्ण छेजा आप जी की सहायता करे। ओम जीवात्मा शांति 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 बलि राजा तेन ता ध्यान रक्षा मांचल मांचलों जेन
ਬਰਦਿਓ ਵਿਰਾਜਾ ਤੇਗ ਤਾਂ ਅੰਮ੍ਰਿਤ ਸ਼ਾਹ ਮਾਨ ਸਨਮਾਨ ਸੋਮ ਜੀ ਵਰਦਿਓ ਵਰੀਰਾਜਾ ਤੇਗ ਤਾਂ ਅੰਮ੍ਰਿਤ ਰਕਸ਼ਾ ਮਾਨ ਸਨਮਾਨ ਸੋਮ ਜੀ ਵਰਦਿਓ ਵਿਰਾਜਾ ਤੇਗ ਤਾਂ ਅੰਮ੍ਰਿਤ ਰਕਸ਼ਾ ਮਾਨ ਸਨਮਾਨ ਸੋਮ ਜੀ ਵਰਦਿਓ ਵਿਰਾਜਾ ਤੇਗ ਤਾਂ ਅੰਮ੍ਰਿਤ ਸ਼ਾਹ ਮਾਨ ਸਨਮਾਨ ਸੋਮ ਜੀ ਵਰਦਿਓ ਵਿਰਾਜਾ ਤੇਗ ਤਾਂ ਅੰਮ੍ਰਿਤ ਸ਼ਾਹ ਮਾਨ ਸਨਮਾਨ ਸੋਮ ਜੀ ਵਰਦਿਓ ਬਲੀਰਾਜਾ ਤੇਗ ਤਾਂ ਅੰਮ੍ਰਿਤ ਸ਼ਾਹ ਮਾਨ ਸਨਮਾਨ ਸੋਮ ਜੀ ਵਰਦਿਓ ਬਲੀਰਾਜਾ ਤੇਗ ਤਾਂ ਅੰਮ੍ਰਿਤ ਸ਼ਾਹ ਮਾਨ ਸਨਮਾਨ ਸੋਮ ਜੀ ਵਰਦਿਓ ਬਲੀਰਾਜਾ ਤੇਗ ਤਾਂ ਅੰਮ੍ਰਿਤ ਸ਼ਾਹ ਮਾਨ ਸਨਮਾਨ ਸੋਮ ਜੀ ਵਰਦਿਓ ਬਲੀਰਾਜਾ ਤੇਗ ਤਾਂ ਅੰਮ੍ਰਿਤ ਸ਼ਾਹ ਮਾਨ ਸਨਮਾਨ ਸੋਮ ਜੀ ਵਰਦਿਓ ਬਲੀਰਾਜਾ ਤੇਗ ਤਾਂ ਅੰਮ੍ਰਿਤ ਸ਼ਾਹ ਮਾਨ ਸਨਮਾਨ ਸੋਮ ਜੀ ਵਰਦਿਓ ਬਲੀਰਾਜਾ ਤੇਗ ਤਾਂ ਅੰਮ੍ਰਿਤ ਸ਼ਾਹ ਮਾਨ ਸਨਮਾਨ ਸੋਮ ਜੀ ਵਰਦਿਓ ਬਲੀਰਾਜਾ ਤੇਗ ਤਾਂ ਅੰਮ੍ਰਿਤ ਸ਼ਾਹ ਮਾਨ ਸਨਮਾਨ ਸੋਮ ਜੀ ਵਰਦਿਓ ਬਲੀਰਾਜਾ ਤੇਗ ਤਾਂ ਅੰਮ੍ਰਿਤ ਸ਼ਾਹ ਮਾਨ ਸਨਮਾਨ ਸੋਮ ਜੀ ਵਰਦਿਓ ॐ भूर्भुवस्वरो भुवनानि पृथ्वीव वर्मा तस्तै मन्ना दामन्ना शायात देह ॐ उद्बुद्धे स्वाग्नेः प्रतिजाग्रहीतमिष्टा पुत्रे संवयं च अस्मिन् सधति ॐ आयन्त इदमय्यात्मा जात वेदस्ते निधस्यावर्धस्य चेतावर्धया चाश्मान् प्रजया पशुविर्गम्या वर्चसि नानाभेद समीधयोः स्वाहा इदमग्नाय जात वेद से धन्नामं ओम तंत्वा संभृगो अंगिरो हृतेन वर्धयामसि प्राहाच चोचाया विष्टे स्वाहा इदं जात वेद से धन्नामं ओम तंत्वा संभृगो अंगिरो हृतेन वर्धयामसि प्राहाच चोचाया विष्टे स्वाहा इदं अंगिरिषे इदन्नवम तीन चम्मच की अधिक पानी जो स्वाहा के ना बाकी रख लो दो आधे चम्मच पीछे मोदी के जाने पीछे तस्य चेतावर्धया चाश्मान् प्रजया पशुर्गम्या वर्चसि नाना धेन समीधयो स्वाहा इदमग्नाय जात वेद से धन्नामं ओम आयन्त इदमय्यात्मा जात वेदस्ते ने यस्यावर्धस्य चेतावर्धया चाश्मान् प्रजया पशुविर्गम्या वर्चसि नानाधीन समीधयो स्वाहा इदमग्नाय जात वेद से धन्नामं ओम आयन्त इदमय्यात्मा जात वेदस्ते ने यस्यावर्धस्य चेतावर्धया चाश्मान् प्रजया पशुविर्गम्या वर्चसि नानाधीन समीधयो स्वाहा इदमग्नाय जात वेद से धन्नामं ओम आदित्ये अनुमन्येहि स्वाहा ओम सरस्वते अनुमन्येहि स्वाहा गाय दिव्यो गंधर्वा के तपुके तन्ना पुनान्तु वाचस्पति चन्ना स्वधतु स्वाहा बिल्कुल सेंटर दे बीच बचाले दो चम्मच की ओदे ओम के स्वाहा इदम सोमाए इदम नामम एक चम्मच पत्ती मेरे बाजू दल की बिचनिया लकड़ दे ऊपर ओम इंद्राये स्वाहा इदम इंद्राये धन्नवम ओम प्रजापते स्वाहा इदम प्रजापते धन्ना स्वाहा ओम ज्योतिर सूर्य सूर्य ज्योति स्वाहा ओम सावित्रा सजो ऋषिन्द्रवत्या सूर्यो वेतो स्वाहा ओम अग्नर ज्योति ज्योतिर अग्नर स्वाहा ओम अग्नर वरिचो ज्योति वचा स्वाहा
ॐ स्वाहा ॐ सजो देवेन सवित्रा सजो रातेन्द्रवत्या जुषाणो अविनरवेतो स्वाहा ॐ भूरग्नाय प्राणाय स्वाहा इदमग्नाय प्राणाय धन्नमम् ॐ स्वरादित्याय व्याणाय स्वाहा इदमादित्याय ॐ यामि दाम देवगणा पितर सत् उपासते तया माम त्यमेता विनम करु स्वाहा ॐ विश्वानि देव सवित्रम् दुरतानि परास्रुवा यद्वद्रम् तन्नायास्रुव स्वाहा ॐ अग्नाय सुपर्यात् स्वाहा ॐ भूर्भुवः स्वः तत्सवितुर्वरेण्यम् भर्गो देवस्य धीमहि धियो यो नाम प्रचोदयात् स्वाहा ॐ तरियं मदं जजामहे सुगन्धिं पुष्टिया ॐ ब्रह्म वाल्मीकाय नमो नम स्वाहा ॐ ब्रह्म वाल्मीकाय नमो नम स्वाहा ॐ ब्रह्म वाल्मीकाय नमो नम स्वाहा दीजिए रख समझी एक अवधि ले लो बस आचार्य ॐ नमो शंभवाय च मयोभवाय च नमो शंकराय च मयूस्कराय च नमः शिवाय च शिवतराय च स्वाहा हात जोड़ो नमस्कार कल्याण स्वरूपम नमस्कार हो प्रभु अनुपम नमस्कार सुखों के दाता नमस्कार हो ईश विदाता नमस्कार शांति भंडारा नमस्कार सोमवार हमारा नमस्कार सोमवार हमारा नमस्कार सोमवार हमारा बोलो भगवान वाल्मीकि महाराज की जय बोलो यज्ञ भगवान की जय बोलो अपने अपने गुरु महाराज की जय दो चम्मच इधन नमम ओम इंद्राय स्वाहा इदम इंद्राय इधन नमम अध्याकरम अग्नेहि स्विष्ट कृताम विद्याम सर्वसोहुतम तर्वा प्राचिता हुदीना सर्वकामना नत्समर्धयो स्वाहा इदम स्विष्ट कृते इदं नमम फिर दो चम्मच की हो रही ओम अग्नाय स्वाहा ओम सोमाय स्वाहा ओम पूर्णमधा पूर्णमिदं पूर्णादिन्दुज्यते पूर्णस्य पूर्णमाधाय पूर्णमेव वशिष्यते स्वाहा पंचमच की ओर जी समग्री भाई पांच बार भी सारी मुका देनी है पंचमच की ओर बाबू जी की ओर की ओर ओम सर्वम वै पूर्णम स्वाहा समग्री भाई चलो ओम सर्वम वै पूर्णम स्वाहा ओम सर्वम वै पूर्णम स्वाहा ओम सर्वम वै पूर्णम स्वाहा लास्ट वाली सारी समग्री पा दो ओम महासर्वम वै पूर्णम स्वाहा तो जी चम्मच बाहर कर लो हाँ जी चम्मच के नीचे रख दो चारों पासे घुमा के ओम बसो पिस्तमति हुतार मान के ऊपर लाए सिर के ऊपर ओम बसो पिस्तमति सस धारम काम दीक्षाम सर्वभावना पूर्णम नत समधायो स्वाहा विष्णु देव के अंदर प्रश्न करना बाजी कर दो अली स्वाहा
ओम विष्णु देवता तर्पयामि स्वाहा। ओम विष्णु देव तर्पयामि स्वाहा। पुकार इंद्रापुरी पताल में तेरी हो रही जय जयकार। वाल्मीकि रामायण भाषा तीन लोक भरपूर राखा। सिद्ध मुनीश्वर गण गावते वेद पुराण। शिव जी भये कैलाश में किया पार्वती का ध्यान। जगे ज्योति ते निर्मली पूर्ण किया विश्राम। लख 84 वेद में पावे पद निर्वाण। अमर लोक वैकुंठ में इच्छा रही न कोई। तन की जय। सर्वे भवन्तु सुखिना सर्वे सन्तु निरामया सर्वे भद्राणि पश्यन्तु मा कश्चित् आपदे रास्ते दे खर्च वास्ते आप निमित्त दान कीता जाए जो भी तुसी रखना राहदारी लेके खर्च लेके काकश प्रेत मोक्ष वास्ते काकश निमित्त भोजन का क्रिया सिद्ध को रखे मन जिस तरह राजेश कुमार जी जो कि बीते दिन अपनी संसारिक यात्रा पूरी करके प्रभु चरणा दे विच जा विराजे हन उस दिवंगत आत्मा की शांति वास्ते असी सारे भाई बंधु रिश्तेदार सगे संबंधी उस दिवंगत आत्मा श्रद्धा सुमन भेंट करने वास्ते इस जगह एकत्रित हुए हैं परम प्रभु के चरणों के विच अरदास करने वास्ते कि हे प्रभु जो दिवंगत आत्मा साडे विचों विछड़ के आप जी के चरणों विच जा विराजी है उस आत्मा नूं शांति देना सदगति देना मोक्ष देना इन्हां मंत्रां दे नाल प्रभु वाल्मीकि महाराज ब्रह्म स्तुति ब्रह्म वाल्मीकि परमात्मा निराकार
बुआ को सिमरन करे शुद्ध आत्मा होए की नामों में भरा सब नामों का सारे ब्रह्मवर्ण की नाम सृष्टि में हुआ प्रथम विस्तार सुख उपजत जो होरे शांति पाए आत्मा चिकना हुए कठोरे प्राणी ब्रह्म वाल्मीकि के वजन में मातर तू देर लगाए क्या जाने इस सांस में प्रभु नाम समझ में आए प्राणी ब्रह्म वाल्मीकि से प्यार करे अवसर पीता जाए फिर पछताए क्या बने शक्ति रहना जाए अंत समय जो जीव जो ब्रह्म वाल्मीकि का धरते ध्यान वह पावत परम पद को जय निश्चय कर जाने मन को जो ठहराए के ब्रह्म वाल्मीकि जपे जो कोए प्रातः और साया समय दुख नहीं पावे सो उसके पाप अर्ध सब ज्ञान अवन से नास जब तक ब्रह्म वाल्मीकि को ना जपते है जो संतन के नीत वह दिन गिनती में नहीं गए जो बिनता बीत मानव ब्रह्म वाल्मीकि से ने करे सस्ते मन शुभम में अति नाम पावन में पावन एक नाम ब्रह्म वाल्मीकि का नाम ब्रह्म से त्रण तक सकल जन माया के ही काम सत्य सत्य पुण्य सत्य है एक ब्रह्म वाल्मीकि नाम श्वासों का विश्वास नहीं कब हो जाए विराम अब से ही जपते रहो ब्रह्म वाल्मीकि का नाम
प्रतिदिन प्राणी ब्रह्म वाल्मीकि का नाम सुनो श्रवण से नित ही पूरण हो सब काम जग के सुख सब दुख है रोग शोक के धाम चिदानंद में एक धन ब्रह्म वाल्मीकि प्रिय नाम तिस ही मोह में ब्रह्म वाल्मीकि की दुनिया टोयाम प्रेमन देर न कीजिए जपो ब्रह्म वाल्मीकि का नाम जाके प्रताप से मिटते हैं मन के सब दुष्काम ब्रह्म वाल्मीकि नाम जपे जो पते है सरकाम ब्रह्म वाल्मीकि नाम प्रभु नाम है कहते ग्रंथ पुराने दूजे गुण नाम वाचक सभी यह सत्य परमाने नित्य निरंजन ब्रह्म वाल्मीकि का मन में ध्यान लगा ब्रह्म ज्योति सकल संसारे कर्मों का फल देते हैं वही वाल्मीकि करता रे बिने करे केवल यही ब्रह्म वाल्मीकि नाम आधारे हे मानव भज प्रेम से मिलेगा मोक्ष द्वारे हे मानव भज प्रेम से मिलेगा मोक्ष द्वारे जो बोले सो ग्रह भगवान वाल्मीकि जो ही अपनी संसार की यात्रा पूरी करके प्रभु चरणों के बीच अग्रज हैं जिस समय परम पवित्र आत्मा राज ऋषि हरीश देवी चक्रवर्ती सम्राट जदों राज ऋषि हरीश देवी के मन के विच संसार के प्रति वैराग्य की भावना उदय हुई तो राज ऋषि हरीश देवी ने धन दौलत राज पाठ सब अपने पुत्र को देके स्वयं मोक्ष की प्राप्ति वास्ते मन दे विच प्रण किया कि मैं जीवित शरीर के नाल मोक्ष प्राप्त करना है जब इस तरह की भावना राजा हरिष्ट देवी के मन के उदय हो गई तो राजा हरिष्ट देवी अपना संपूर्ण धन दौलत राजपाट स्वयं त्याग के जंगल के विच परम पवित्र ब्रह्मज्ञानी त्रिकालदर्शी ऐसे ऋषि मुनि की खोज करने लगा कि जिससे मार्गदर्शन के नाम उसका संसार के विचों उद्धार हो जाए ऐसे महापुरुष संसार के विच विरले ही होते हैं जेडे सानू आत्मा के परमात्मा का ज्ञान करवाते हैं जदों सानू आत्मा के परमात्मा का ज्ञान हो गया तो साडा जीवन साडा जन्म लेना इस संसार के विच साडे अते जब तक सानू ज्ञान नहीं होता तब तक साडा ये मानव तन बिना रोशनी के एक दीवा है बिना रोशनी के बिना लो के एक दीवा है जो सिर्फ अंधकार ही देख रहा है रोशनी नहीं देख रहा
रोशनी उस समय उसको दिखाई देती है जिस समय उसको ज्ञान की प्राप्ति हो जाए। ज्ञान की प्राप्ति उस समय होती है जदों सानू कोई तत्व ज्ञाता संपूर्ण वेदा के ज्ञाता अंतर्मुखी ज्ञान के नाल साड़ी आत्मा की तृप्ति करते हैं तदों सानू ज्ञान की प्राप्ति होती है। जिस समय वो ज्ञान की प्राप्ति हो जाती है तो साड़ा जीवन सार्थक हो जाता है। सार्थक सारे जीव जंतुओं में एको जे व्यवहार होते हैं, वह भी खाते हैं, पीते हैं, सौंदे हैं, जागते हैं, पर जिहड़े ज्ञानवान होंगे वह मानुष होंगे, जिहड़े ज्ञान तो बगैर होंगे वह पशु होंगे। ज्ञान तो वेले नूं तां सवेरे मन नूं तरसाउंदा है, दुपहर वेले भुख दुखी करती है, रात वेले पाकर जेकर असीं ज्ञान की प्राप्ति ना कीती तां साडा ये शरीर ते पशु शरीर दे विच कोई अंतर नहीं, कोई फर्क नहीं, दोनों इक्को ही हन। ये ज्ञान सानूं मिलिया कि 6 महीनों का लिखी बालक जब माता के पेट के अंदर उल्टा लटक रहा सी तां उस वेले सानूं ज्ञान की प्राप्ति होंदी है। जन्म मरण के बीच की अवस्था का नाम जीवन, मृत्यु के उपरांत शरीर को कोई जलाता है तो उसके पीछे उसकी मान्यता रहती है और कोई उसे काटता है, बाया जाता है या गंगा जी में जल प्रवाह कर दिया जाता है, जैसा जिसका धर्म हो उस धर्म के अनुसार इस शरीर की क्रिया की जाती है। और मरने के बाद 3 प्रकार की प्रक्रिया होती है। पहली प्रक्रिया मुक्ति की अवस्था और एक आत्मा से दूसरा शरीर धारण किया नहीं किया, और तीसरी अवस्था वह है कि जब आत्मा शरीर धारण कर लेती है। यह जीवन चक्र जिसका वर्णन ऊपर किया गया, अब हर अवस्था का विश्लेषण करने की आवश्यकता जो भी होगा कि जैसा भी कर्म करें वो हमारे ऊपर निर्भर करता है, लेकिन फल पाने के लिए हम परमात्मा के अधीन है। मानव द्वारा किए गए कर्मों का फल का मिलना निश्चित है, परंतु मानव को ये मालूम नहीं कि फल कब कितना किस रूप में मिलेगा। कर्म करने के बाद जब उसका फल भविष्य में हमें मिलता है तो उसे हम कहते हैं कि कर्मों का फल है, जो आज तक ना कोई जान सका ना कोई बता सका। हमारे पूर्व जन्मों का कारण हमारे कर्म बंधन, जब तक हमारे कर्म अच्छे बुरे होते रहेंगे तो हमारे पुण्य और पाप की संरचना होती रहेगी, और जब पुण्य पाप को भोगने के लिए हम शरीर धारण करना पड़ेगा, हमारे सुख दुख हमारे पुण्य का नाश करेंगे और हमारे सुख हमारे दुख भोग हमारे पापों का नाश करेंगे। एक बात ध्यान देने योग्य ये है कि पाप पुण्य का खाता कभी बराबर नहीं होता, यानी पाप या पुण्य तो अलग अलग दुख सुख के रूप में हमें भोगने पड़ेंगे। हमारे पाप पुण्य की सृजना जब होनी बंद हो जाएगी तो हमारा भावी शरीर का जन्म का कारण ही समाप्त हो जाएगा। पाप पुण्य का निरंतर श्वास ले रहे हैं हम, पल के निरंतर उठ रही है गिर रही है, लेकिन उस क्रिया के कर्तापन का ना तो हमें बोध है ना हमें ज्ञान है और ना हम उस क्रिया को करने का प्रयास करते हैं। यानी क्रिया जब हमारा स्वाभाविक हो जाएगी तो कर्तापन के भाव का सर्वतः आलोक हो जाएगा। यह समझना कठिन है, मृत्यु के उपरांत इस शरीर को शरीर तो यहीं पर छूट जाता है तो हमारे पाप पुण्य भोगने के लिए हमारी आत्मा कहाँ रहती है, हमारे प्राण निकलकर कहाँ चले जाते हैं। जो प्राण निकलकर गए वे आशरीरी अवस्था, उस प्राणों के साथ हमारे पाप पुण्य भी चले गए। ये पाप पुण्य उसी प्रकार साथ जाते हैं जैसे हवा बहती है और जिस स्थान से हवा होकर चलती है उस
सुगंध दुर्गंध का अनुभव होता अनुभव तो हम करते हैं लेकिन उसे देख नहीं पाते, तो उसी सुगंध दुर्गंध में ना तो हवा का रूप ना है। ठीक उसी प्रकार इस शरीर में जब प्राण आए तो हम जिंदा वरना बेकार, प्राण आने के उपरांत इसका उपयोग करने में हम पूरा पैर पूरा लिंग जीवा अनुभव करने के लिए पांच ज्ञान इंद्रियां आंख कान रसना कान स्पर्श और त्वचा इन सभी इंद्रियों से संचरित करने के लिए मन बुद्धि की दी गई। तो बुद्धि का काम जानना मन का काम मानना, इन सबसे ऊपर हमारा स्वभाव प्रकृति जो इन सभी इंद्रियों से परे इतने उपकरण देने के बाद हम इनसे हर काम करते समय स्वतंत्र, यानी हम अपने सभी कर्मों को चाहे अच्छे कर्मों में लगाएं चाहे बुरे कर्मों में, इनसे कुछ करें या ना करें तो भी संभव नहीं, क्योंकि शरीर को भूख लगती रहती है, शरीर को निद्रा की अवस्था अपने आप आती रहती है, शरीर को भय लगता रहता है और शरीर की क्रियाएं स्वाभाविक होती रहेंगी। इस प्रकार हमने ये बताने का प्रयास किया कि हम काम करने में पूर्णतः स्वतंत्र हैं और लेकिन फल पाने में हम परमात्मा के अधीन, कई बार तो परम तत्काल मिलता है तो कई बार कुछ समय लगता है, ऐसी अवस्था जब आती है तब पुराने पाप पूर्ण भस्म हो जाते हैं, नदी समुद्र में विलीन हो जाती है, फिर उसका कोई नाम नहीं रहता, कोई अस्तित्व नहीं रहता और ये अवस्था मरने के उपरांत पुनर्जन्म के पहले की है। इस अवस्था को कोई भीत कहता है, कोई प्रेत कहता है आदि नामों से जानते हैं। तीसरी अवस्था पुनर्जन्म की, इस अवस्था में अपने पुनर्जन्मों में सीमित पाप पुण्य को सूक्ष्म रूप में भी द्वारा इंद्रियों से सृष्टि की दृश्य के बारे में जानने में भोग साधनों को बिताने में अपना सारा जीवन व्यतीत कर देता है, वह अपने को पूर्ण रूप से बहुमुखी बना देता है। परिणाम क्या होता है, वह जिसे आतृप्त जैसे संसार में आतृप्त आया और वैसे ही संसार से चला गया, अपने जीवन में आने वाली जिस प्रकृति को वह अपना कहता है, जिस वस्तु को वह अपना कहता है, वह सभी यहीं पर रह जाती है, अंत में झूठा संतोष करके संसार से चला जाता है। हमारे देश में आध्यात्मिक मनुष्यों ने अपने तन संसाधनों द्वारा मन की खोज की और आनंद के स्रोत्र वास्तव में हमारे अंदर ही है। जब तक हम अपने मूल को नहीं पहचान लेते, अपनी आत्मा को नहीं पहचान लेते, इस बाहर की आना असत्य पदार्थों में जब उस परमात्मा को हम खोजते हैं, अंत तक मृग आकाश रूपी पर्दे पर संसार रूपी मिथ्या दृश्य को प्रकाशित करने वाला कुंज का स्त्रोत्र आपके अंदर है और आपके अंदर बैठना देकर इनके सहारे स्वयं सब कुछ देख रहा है, तो फिर सोचे कि मैं कौन हूं और मैं कहां से आया हूं। जो इस नाशवान देह के अंदर हृदय में बैठकर कानों से सुनता है, त्वचा से स्पर्श करता है, नेत्रों से देखता है, वाणी से बोलता है, हाथों से काम करता है और पैरों से चलता है, जना इंद्रियों से सृष्टि की रचना करता है, गुदा से मल त्यागन करता है, यह जीव आत्मा जीव ईश्वर का ही अंश बताते हैं। तत्त्व ज्ञान का जिज्ञासु प्रकाश रूपी ज्ञान की ओर उन्मुख रहता हुआ
ਸਖਤ ਪਰ ਪਹੁੰਚ ਕਰ ਸਖਤ ਚਿਤ ਦਿੱਤਾ। ਇਸ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਵੇਲਾ ਬੀਤਦਾ ਜਾਂਦਾ ਹੈ, ਮੇਰੀ ਉਮਰ ਖਤਮ ਹੁੰਦੀ ਪਈ ਹੈ। ਹਵਾ ਨੂੰ ਰੋਕਿਆ ਜਾ ਸਕਦਾ ਹੈ, ਆਸਮਾਨ ਦੇ ਭਾਵੇਂ ਟੋਟੇ ਕੀਤੇ ਜਾ ਸਕਦੇ ਹਨ, ਉਮਰ ਦੀ ਘੜੀ ਕਿਸੇ ਤਰ੍ਹਾਂ ਵੀ ਨਹੀਂ ਰੋਕੀ ਜਾ ਸਕਦੀ। ਕਾਲ ਬੜਾ ਬਲਵਾਨ ਹੈ, ਉਹ ਸੁਮੇਰ ਪਹਾੜ ਨੂੰ ਤੋੜ ਸਕਦਾ ਹੈ, ਧਰਤੀ ਨੂੰ ਸਾੜ ਸਕਦਾ ਹੈ, ਅਤੇ ਭਲੇ ਦੀ ਸਰੀਰ ਦੀ ਕੀ ਤਾਕਤ ਜੋ ਉਸਦੇ ਸਾਹਮਣੇ ਟਿਕ ਸਕੇ। ਹਾਂ, ਇਹ ਮੇਰਾ ਪੁੱਤਰ ਹੈ, ਇਹ ਮੇਰੀ ਇਸਤਰੀ ਹੈ, ਇਹ ਮੇਰਾ ਧਨ ਹੈ। ਆਦਤ ਆਖਦਾ ਆਖਦਾ ਕਾਲ ਦਾ ਬੱਬਰੂ ਸ਼ੇਰ ਪੜ ਕੇ ਮੁਕਾ ਸਕਦਾ ਹੈ। ਇਹ ਇਨਸਾਨ ਸਾਰੀ ਉਮਰ ਇਹੋ ਆਖਦਾ ਰਹਿੰਦਾ ਹੈ ਕਿ ਮੈਂ ਇਹ ਕੰਮ ਕਰ ਲਿੱਤਾ, ਹੁਣ ਮੈਂ ਇਹ ਕੰਮ ਕਰਨਾ ਹੈ। ਇਸੇ ਵਿਚਾਰ ਵਿੱਚ ਲੱਗੇ ਹੋਏ ਕਾਲ ਭਗਵਾਨ ਝੱਟ ਪਕੜ ਕੇ ਖਤਮ ਕਰ ਦਿੰਦੇ ਹਨ, ਸਾਰੇ ਮਨਸੂਬੇ ਵਿੱਚ ਹੀ ਰਹਿ ਜਾਂਦੇ ਹਨ। ਮੌਤ ਇਹ ਨਹੀਂ ਦੇਖਦੀ ਕਿ ਇਸਨੇ ਫਲਾਨਾ ਕੰਮ ਜ਼ਰੂਰੀ ਕਰਨਾ ਸੀ। ਇਸ ਲਈ ਬ੍ਰਿਧ ਉਮਰ ਜਦੋਂ ਆਉਂਦੀ ਹੈ, ਉਹ ਤਾਂ ਇਸ ਨੂੰ ਆਖਦੀ ਹੈ ਕਿ ਬਸ ਹੁਣ ਤਿਆਰੀ ਕਰ। ਅੰਤ ਮੌਤ ਦੇ ਸਿਪਾਹੀ ਇਸਦੇ ਆਲੇ ਦੁਆਲੇ, ਰੋਗਾਂ ਦੇ ਸਿਪਾਹੀ ਇਸਦੇ ਆਲੇ ਦੁਆਲੇ ਚੱਕਰ ਲਗਾਉਣ ਲੱਗ ਪੈਂਦੇ ਹਨ। ਇਸ ਵਾਸਤੇ ਚੰਗੇ ਕਰਮ ਹੀ ਉੱਤਮ ਹਨ। ਚੰਗੇ ਕਰਮ ਕਰਨ ਦੇ ਨਾਲ ਸਾਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ, ਗਿਆਨ ਦੇ ਨਾਲ ਹੀ ਸਾਨੂੰ ਤਪ ਸਾਧਨ ਤੋਂ ਪਾਰ ਹੋਣ ਵਾਸਤੇ ਗਿਆਨ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। ਜੋ ਬੋਲੇ ਸੋ ਨਿਰਭੈ, ਭਗਵਾਨ ਵਾਲਮੀਕਿ ਜੀ ਮਹਾਰਾਜ ਕੀ ਜੈ। ਪਰਮ ਪਵਿੱਤਰ ਆਤਮਾ ਸਵਰਗੀ ਸ਼੍ਰੀ ਰਜੇਸ਼ ਕੁਮਾਰ ਜੀ, ਬੱਗਲ ਜੀ, ਜੋ ਕਿ ਆਪਣੀ ਸੰਸਾਰੀ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਦੇ ਵਿੱਚ ਆ ਬਿਰਾਜੇ ਹਨ, ਉਹਨਾਂ ਦੇ ਨਿਮਿੱਤ ਦੂਰੋਂ ਨੇੜੋਂ ਆਈ ਹੋਈ ਸੰਗਤ, ਜਿਹੜੇ ਕਿ ਤਾਂ ਆਪਣੀ ਆਪਣੀ ਉਸ ਸੰਗਤ ਆਤਮਾ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਉਣਗੇ, ਦੇ ਵਿੱਚ ਆਪਣੇ ਕਾਰਿਆਰਤ ਸੀਗੇ। ਬਹੁਤ ਹੀ ਇੱਕ ਬਹਾਨਾ ਹੀ ਬਣਿਆ, ਥੋੜ੍ਹੀ ਜਿਹੀ ਹਾਰਟ ਦੀ ਪ੍ਰੋਬਲਮ ਹੋਈ, ਨਾਲ ਹੀ ਜਾ ਕੇ ਸਟੈਂਡ ਪਵਾਇਆ, ਅਗਲੇ ਦਿਨ ਹੀ ਚਲਾਣਾ ਕਰ ਗਏ। ਪਰਿਵਾਰ ਨੇ ਬਹੁਤ ਕੋਸ਼ਿਸ਼ ਕੀਤੀ, ਜਿੰਨਾ ਵੀ ਜੋ ਬੈਸਟ ਪੋਸੀਬਲ ਸੀਗਾ ਕੋਸ਼ਿਸ਼ ਕੀਤੀ, ਲੇਕਿਨ ਕਾਲ ਦੇ ਕਰੂਰ ਹੱਥਾਂ 'ਚੋਂ ਉਹਨਾਂ ਨੂੰ ਬਚਾ ਨਹੀਂ ਸਕੇ। ਰਾਜੇਸ਼ ਕੁਮਾਰ ਜੀ ਸਾਡੇ ਭਾਈ, ਅਜੇ ਕੁਮਾਰ ਰੱਜੂ ਜੀ MC ਵਾਈਸ ਪ੍ਰੈਜ਼ੀਡੈਂਟ ਮਿਊਂਸੀਪਲ ਕੌਂਸਲ, ਔਰ ਸ਼੍ਰੀ ਰਾਕੇਸ਼ ਕੁਮਾਰ ਜੀ ਔਰ ਸ਼੍ਰੀ ਰਵਿੰਦਰ ਕੁਮਾਰ ਜੀ ਦੇ ਭਾਈ ਸਨ, ਬਹੁਤ ਹੀ ਮਿਲਵਰਤਣ ਵਾਲੇ, ਬਹੁਤ ਹੀ ਸਰਲ ਸੁਭਾਅ ਦੇ ਔਰ ਸੇਵਾ ਕਰਨ ਦੀ ਭਾਵਨਾ ਦੇ ਨਾਲ ਆਪਣੀ ਡਿਊਟੀ ਨਿਭਾਉਂਦੇ ਸਨ। ਔਰ ਇਸ ਪਰਿਵਾਰ ਨੇ ਜਿੰਨੀ ਮਿਲਵਰਤਨ ਸਮਾਜ ਦੇ ਵਿੱਚ ਸੇਵਾ, ਸਮਾਜਿਕ ਕੰਮਾਂ 'ਚ, ਧਾਰਮਿਕ ਕੰਮਾਂ 'ਚ ਜਿੰਨਾ ਮਿਲਵਰਤਨ ਵਧਾਇਆ ਹੈ, ਉਹ ਅੱਜ ਦਾ ਜਿਹੜਾ ਐਡਾ ਵੱਡਾ ਸਮੂਹ ਹੈ ਉਸ ਗੱਲ ਦਾ ਪ੍ਰਮਾਣ ਹੈ। ਬਹੁਤ ਸਾਰੀਆਂ ਸੰਸਥਾਵਾਂ ਨੇ, ਬਹੁਤ ਸੇ ਸਹਿਬਾਨ ਨੇ ਪਰਿਵਾਰ ਦੇ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ ਹੈ, ਸ਼ਰਧਾ ਦੇ ਫੁੱਲ ਅਰਪਿਤ ਕੀਤੇ ਹਨ। ਇੰਨਾ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਬਹੁਤ ਮੈਨੂੰ ਹੁਕਮ ਵੀ ਹੋਇਆ ਕਈ ਭਾਈਆਂ ਦੀ ਤਰਫੋਂ ਕਿ ਸਾਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ, ਅਤੇ ਬਹੁਤ ਸਮੇਂ ਦੀ ਮਰਿਆਦਾ ਨੂੰ ਦੇਖਦੇ ਹੋਏ ਪੋਸੀਬਲ ਨਹੀਂ ਹੈ ਕਿ ਸਾਰਿਆਂ ਨੂੰ ਸਮਾਂ ਦਿੱਤਾ ਜਾਵੇ, ਸਿਰਫ 2-3 ਬੁਲਾਰਿਆਂ ਨੂੰ ਹੀ ਸਮਾਂ ਦਿੱਤਾ ਜਾਵੇਗਾ। ਬਹੁਤ ਸਾਰੀਆਂ ਸੰਸਥਾਵਾਂ ਨੇ ਸ਼ਰਧਾ ਸੁਮਨ ਅਰਪਿਤ ਕੀਤੇ ਹਨ, ਮੈਂ ਉਹਨਾਂ ਦੇ ਨਾਂ ਪੜ੍ਹ ਦਿੰਦਾ। ਸ਼੍ਰੀ ਗੇਜਾ ਰਾਮ ਜੀ, ਨੈਸ਼ਨਲ ਪ੍ਰੈਜ਼ੀਡੈਂਟ ਸੈਂਟਰਲ ਵਾਲਮੀਕਿ ਸਭਾ ਆਫ ਇੰਡੀਆ ਔਰ ਜਨਰਲ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਸ਼੍ਰੀ ਆਦਿਨਾਥ ਸ਼ਿਵ ਮੰਦਰ ਕਮੇਟੀ ਰਜਿਸਟਰਡ ਕੁਟੀ ਪਾਠਸ਼ਾਲਾ ਦੀਵਾਨਾ ਮਲੇਰਕੋਟਲਾ, ਸ਼੍ਰੀ ਸਨਾਤਨ ਧਰਮ ਸਭਾ ਰਜਿਸਟਰਡ ਮਲੇਰਕੋਟਲਾ, ਲੰਗਰ ਕਮੇਟੀ ਸ਼੍ਰੀ ਹਨੁਮਾਨ ਮੰਦਰ ਮਲੇਰਕੋਟਲਾ, ਰਜਿੰਦਰ ਕੁਮਾਰ ਜੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਸ਼ਿਵ ਸੈਨਾ ਬਾਲ ਠਾਕਰੇ, ਸ਼੍ਰੀ ਜਗਦੀਸ਼ ਕਥੂਰੀਆ ਜੱਗੀ ਜੀ ਜਿਹੜੇ ਕਿ ਅੱਜੂ ਜੀ ਦੇ ਬਹੁਤ ਹੀ ਬੜੇ ਭਾਈ ਦੇ ਤੌਰ 'ਤੇ ਉਹਨਾਂ ਦਾ ਸੰਬੰਧ ਹੈ, ਉਹਨਾਂ ਨੇ ਵੀ ਸ਼ਰਧਾ ਸੁਮਨ ਅਰਪਿਤ ਕੀਤੇ ਹਨ।
ਸ਼੍ਰੀ ਮਹਿੰਦਰਦੀਪ ਜੀ ਪ੍ਰੈਜ਼ੀਡੈਂਟ ਜੈ ਭਵਾਨੀ ਸੰਕੀਰਤਨ ਮੰਡਲ, ਸ਼੍ਰੀ ਤੇਜਪਾਲ ਜੀ, ਸ਼੍ਰੀ ਹਰੀਦਰਸ਼ਨ ਸੰਕੀਰਤਨ ਮੰਡਲ, ਸ਼੍ਰੀ ਮਨੋਜ ਉੱਪਲ ਜੀ ਐਮਸੀ, ਸ਼੍ਰੀ ਪੱਪੂ ਕਲਿਆਣ ਜੀ ਐਕਸ ਪ੍ਰੈਜ਼ੀਡੈਂਟ ਮਿਊਂਸੀਪਲ ਕਾਊਂਸਲ ਮਾਲੇਰਕੋਟਲਾ, ਡਾਕਟਰ ਸੂਰਜ ਸੈਣੀ ਜੀ, ਸ਼੍ਰੀ ਸਚਿਨ ਕੁਮਾਰ ਜੀ ਐਮਸੀ, ਸ਼੍ਰੀ ਇਕਬਾਲ ਫੌਜੀ ਜੀ ਪ੍ਰੈਜ਼ੀਡੈਂਟ ਮਿਊਂਸੀਪਲ ਕਾਊਂਸਲ, ਅਤੇ ਇਹਨਾਂ ਦੇ ਨਾਲ ਸਾਰੇ ਹੀ ਮਿਊਂਸੀਪਲ ਕਾਊਂਸਲਰ ਸਾਹਿਬਾਨ, ਇਹਨਾਂ ਨੇ ਵੀ ਖਰਾਜੇ ਹਕੀਕਤ ਪੇਸ਼ ਕੀਤੀ ਹੈ ਜਾਣ ਵਾਲੀ ਆਤਮਾ ਦੇ ਪ੍ਰਤੀ। ਮੈਂ ਪਰਿਵਾਰ ਵੱਲੋਂ ਇਹਨਾਂ ਸਾਰੇ ਸੰਸਥਾਵਾਂ ਦਾ, ਸਾਰੇ ਸਾਹਿਬਾਨ ਦਾ ਬਹੁਤ ਧੰਨਵਾਦ ਕਰਦਾ ਹਾਂ। ਮੈਂ 2 ਮਿੰਟ ਲਈ ਬੇਨਤੀ ਕਰਾਂਗਾ ਕਿ ਸ਼੍ਰੀ ਪ੍ਰੇਮ ਕੁਮਾਰ ਜੀ ਗਾਗੜ, ਐਕਸ ਪ੍ਰੈਜ਼ੀਡੈਂਟ ਮਿਊਂਸੀਪਲ ਕਾਊਂਸਲ ਨਾਭਾ, 2 ਮਿੰਟ ਲਈ ਸ਼ਰਧਾ ਸੁਮਨ ਅਰਪਿਤ ਕਰਨ। ਗੁਰੂ ਪਿਆਰੀ ਸਾਧ ਸਿੰਘ ਜੀ, ਭਗਵਾਨ ਵਾਲਮੀਕਿ ਟਿਕਣ ਪੈਂਦੀ ਹੈ। ਗੁਰੂ ਪਿਆਰੀ ਸਾਧ ਸਿੰਘ ਜੀ, ਅੱਜ ਆਪਾਂ ਬਹੁਤ ਹੀ ਰਿਸ਼ਤੇਦਾਰ, ਦੋਸਤ ਮਿੱਤਰ, ਭੈਣ ਭਰਾ, ਸਾਰੀਆਂ ਸਿਆਸੀ ਪਾਰਟੀਆਂ ਅਤੇ ਸਾਰੇ ਰਾਜਨੀਤਿਕ ਲੋਕ, ਅਫਸਰ ਸਾਹਿਬਾਨ, ਵਕੀਲ ਸਾਹਿਬਾਨ, ਡਾਕਟਰ ਸਾਹਿਬਾਨ, ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਰਾਜੇਸ਼ ਕੁਮਾਰ ਜੀ ਮੇਰੇ ਰਿਸ਼ਤੇ 'ਚ ਭਾਣਜੇ ਸੀ, ਬਹੁਤ ਹੋਣਹਾਰ ਬੱਚਾ ਸੀ, ਔਰ ਉਹਨੇ ਮੇਰੇ ਭਣੋਈਆ ਰਾਜਕੁਮਾਰ ਜੀ ਦੇ ਮਰਨ ਤੋਂ ਬਾਅਦ ਆਪਣੇ 4 ਭੈਣ ਭਾਈਆਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਮੁੱਠੀ 'ਚ ਰੱਖਿਆ। 3 ਭਰਾ ਭੈਣ, ਮੇਰੀ ਭੈਣ ਪਿੱਛੋ ਦੇਵੀ, ਜੋ ਕਿ ਚਾਰੇ ਭਰਾ ਆਪਣੀ ਮਾਤਾ ਦੇ ਬਹੁਤ ਆਗਿਆਕਾਰੀ ਹਨ, ਪਿੱਛੇ ਨਾਭੇ ਸਾਡੀ ਭੈਣ ਨੇ ਅੱਖਾਂ ਦਾ ਪ੍ਰੇਸ਼ਨ ਕਰਾਇਆ, ਚਾਰੇ ਭਰਾ ਵਾਰੀ ਵਾਰੀ ਆਪਣੀ ਮਾਂ ਦੀ ਖਬਰ ਨੂੰ ਜਾਂਦੇ ਸੀ। ਇਹ ਲੈਕ ਬੱਚੇ ਹਨ। ਔਰ ਰਾਜੇਸ਼ ਕੁਮਾਰ ਦਾ ਘਾਟਾ ਜਿੱਥੇ ਮਲੇਰਕੋਟਲੇ ਦੀ ਸਾਰੀ ਧਾਰਮਿਕ ਜਥੇਬੰਦੀਆਂ, ਸਿਆਸੀ ਪਾਰਟੀਆਂ ਅਤੇ ਮਹੱਲਾ ਨਿਵਾਸੀਆਂ ਨੂੰ ਘਾਟਾ ਪਿਆ, ਉੱਥੇ ਨਾਭੇ ਬਾਲੀ ਪਰਿਵਾਰ, ਗਾਗੜ ਪਰਿਵਾਰ ਨੂੰ ਵੀ ਬਹੁਤ ਜ਼ਿਆਦਾ ਘਾਟਾ ਪਿਆ। ਇਹੋ ਜਿਹੀਆਂ ਸ਼ਖਸੀਅਤਾਂ ਬਹੁਤ ਹੀ ਘੱਟ ਹੁੰਦੀਆਂ। ਮਰਨਾ ਜੰਮਣਾ, ਮੇਰੇ ਤੋਂ ਪਹਿਲਾਂ ਸਟੇਟ ਸੈਕਟਰੀ ਸਾਹਿਬ ਨੇ ਕਿਹਾ, ਇਹ ਭਗਵਾਨ ਦੇ ਹੱਥ ਵਿੱਚ ਹੈ। ਜਦੋਂ ਇਨਸਾਨ ਪੈਦਾ ਹੁੰਦਾ ਹੈ, ਉਦੋਂ ਹੀ ਬੇਮਾਤਾ ਉਹਦੇ ਹੱਥ ਵਿੱਚ ਲਿਖ ਦਿੰਦੀ ਹੈ। ਸਮਾਂ ਸਥਾਨ ਕਾਰਨ ਉਹਨਾਂ ਦੇ ਪਿਆਰ ਦੇ ਸਦਕੇ ਸਾਡੇ ਸਮਾਜ ਦੇ ਗਿਰਜਾ ਰਾਮ ਜੀ ਵਾਲਮੀਕਿ ਲੀਡਰ, ਪੱਪੂ ਕਲਿਆਣ ਜੀ, ਹੋਰ ਵੀ ਬਹੁਤ ਵੱਡੇ ਲੀਡਰ ਪੰਜਾਬ 'ਚੋਂ ਆਏ, ਮੇਰੇ ਵੱਡੇ ਭਾਈ ਸਾਹਿਬ ਮੰਗਤ ਰਾਮ ਬਾਲੀ ਜੀ, ਲੀਲੂ ਰਾਮ ਜੀ, ਵੇਦ ਪ੍ਰਕਾਸ਼ ਬਾਲੀ ਜੀ, ਬਾਲੀ ਪਰਿਵਾਰ, ਉਹਨਾਂ ਦਾ ਬੇਟਾ ਮੰਗਤ ਰਾਮ ਜੀ ਦਾ ਵਕੀਲ ਹੈ, ਇਹਨਾਂ ਦੇ ਨਾਨਕੇ ਵੀ ਬਹੁਤ ਪੜ੍ਹੇ ਲਿਖੇ ਹਨ, ਲੀਲੂ ਰਾਮ ਜੀ ਦਾ ਮਾਮਾ, ਉਹਨਾਂ ਦਾ ਬੇਟਾ ਵੀ ਸਰਕਾਰੀ ਵਕੀਲ ਹੈ। ਸੋ ਮੈਂ ਆਪਣੀ ਵੱਲੋਂ ਔਰ ਵਾਲਮੀਕਿ ਸਭਾ ਵੱਲੋਂ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਿਹਾ, ਕਿਉਂਕਿ ਮੇਰੇ ਇਹਨਾਂ ਦੇ ਪਿਤਾ ਜੀ, ਮਾਮਾ ਜੀ ਸਨ ਫਰਾਂਸੀ ਦਾ, ਇਹਨਾਂ ਦੇ ਰਾਜ ਜੀ ਦੇ ਪਿਤਾ ਜੀ ਦੇ, ਇਹਦੇ ਦਾਦਾ ਜੀ ਅੰਜੂ ਜੀ ਦੇ, ਅੰਜੂ ਜੀ ਦਾ ਪਿਆਰ ਸਤਿਕਾਰ ਦੇਖ ਕੇ ਇੰਨਾ ਮਨ ਖੁਸ਼ ਹੋਇਆ ਕਿ ਮੇਰੇ ਅਜੀਤ, ਅਗਰ ਅਜੀਤ ਜੀ ਤੋਂ ਪਰਮਾਤਮਾ ਕੋ ਅਚਨ ਚੇਤ ਆਪਣੀ ਇਸ ਜ਼ਿੰਦਗੀ ਵਿੱਚ ਗਲਤੀ ਹੋ ਗਈ, ਤੁਸੀਂ ਉਹਨੂੰ ਮਾਫ਼ ਕਰਨਾ, ਆਪਣੇ ਚਰਨਾਂ 'ਚ ਰਵਾ ਦੇਣਾ, ਇੰਨਾ ਕਹਿੰਦਾ ਹੋਇਆ ਆਪਣੀ ਜਗ੍ਹਾ ਲੈਣਾ। ਓਮ ਸ਼ਾਂਤੀ, ਓਮ ਸ਼ਾਂਤੀ। ਸਮਾਜ ਸੇਵੀ ਕੇਸਰ ਸਿੰਘ ਜੀ ਭੁੱਲਰ ਦੇ ਭਰਾ ਸਰਦਾਰ ਬਲਵਿੰਦਰ ਸਿੰਘ ਜੀ ਦੀ ਪਿਛਲੇ ਦਿਨੀ ਮੌਤ ਹੋ ਗਈ ਸੀ, ਜਿਨ੍ਹਾਂ ਦਾ ਭੋਗ ਐਤਵਾਰ 1 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਪਿੰਡ ਭੁੱਲਰਾਂ ਵਿਖੇ ਪਵੇਗਾ। ਭੋਗ ਦਾ ਟਾਈਮ 12 ਤੋਂ 1 ਵਜੇ ਤੱਕ। ਇਹਨਾਂ ਸਾਰੀਆਂ ਸੰਸਥਾਵਾਂ ਤੋਂ ਇਲਾਵਾ ਸ਼੍ਰੀ ਨਵਲ ਚੌਧਰੀ ਜੀ, ਸੁਨੀਲ ਕਿੰਗਰ ਜੀ, ਪਰਮ ਜੀ ਅਤੇ ਅਜੂ ਜੀ ਦੇ ਹੋਰ ਦੋਸਤਾਂ ਵੱਲੋਂ ਵੀ ਸ਼ਰਧਾ ਸੁਮਨ ਅਰਪਿਤ ਕੀਤੇ ਗਏ ਨੇ। ਲੋਹਾ ਬਾਜ਼ਾਰ ਵਪਾਰ ਮੰਡਲ ਡਿਸਟ੍ਰਿਕਟ ਮਲੇਰਕੋਟਲਾ, ਮੈਡਮ ਰਜ਼ੀਆ ਸੁਲਤਾਨਾ ਜੀ, ਕੈਬਨਿਟ ਮਿਨਿਸਟਰ ਪੰਜਾਬ, ਉਹਨਾਂ ਵੱਲੋਂ ਵੀ ਸ਼ਰਧਾ ਸੁਮਨ ਅਰਪਿਤ ਕੀਤੇ ਗਏ ਨੇ। ਉਹਨਾਂ ਵੱਲੋਂ ਸਰਦਾਰ ਦਲਵਾਰਾ ਸਿੰਘ ਜੀ ਅਤੇ ਮੁਹੰਮਦ ਤਾਰਿਕ ਸਾਹਿਬ PA ਸਾਹਿਬਾਨ ਇੱਥੇ ਮੌਜੂਦ ਹਨ, ਔਰ ਜਨਾਬ ਮੁਹੰਮਦ ਬਸ਼ੀਰ ਸਾਹਿਬ MC, ਉਹ ਮੈਡਮ ਵੱਲੋਂ ਸ਼ਰਧਾ ਸੁਮਨ ਅਰਪਿਤ ਕਰਨਗੇ। 2 ਮਿੰਟ ਲਈ ਉਹਨਾਂ ਨੂੰ ਬੇਨਤੀ ਹੈ। ਅੱਜ ਦੀ ਸ਼ੋਕ ਸਭਾ ਵਿੱਚ ਪਹੁੰਚੀ ਸੋ ਸੰਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਅੱਜ ਅਫਸੋਸ ਵਾਲਾ ਦਿਨ ਹੈ। ਆਪਾਂ ਸਾਰੇ ਬਹੁਤ ਹੀ ਗੰਭੀਰਤਾ ਨਾਲ ਇੱਥੇ ਮਨ ਨਾਲ ਇਕੱਤਰ ਹੋਏ ਹਾਂ, ਕਿਉਂਕਿ ਅੱਜ ਸਾਡੇ ਭਰਾ
ਰਜੇਸ਼ ਕੁਮਾਰ ਜੀ ਸਾਡੇ ਦਰਮਿਆਨ ਨਹੀਂ ਰਹੇ, ਜਿਹੜੇ ਕਿ ਬਹੁਤ ਹੀ ਸੇਵਾ ਭਾਵਨਾ ਵਾਲੇ ਇਨਸਾਨ ਸਨ, ਮਿਊਂਸੀਪਲ ਕਮੇਟੀ ਵਿੱਚ ਮੁਲਾਜ਼ਮ ਸਨ। ਆਪਾਂ ਸਾਰਿਆਂ ਦਾ ਉਹਨਾਂ ਨਾਲ ਬਾਹਰ ਰਹਿਣਾ ਸੀ, ਹਮੇਸ਼ਾ ਹੀ ਉਹ ਕੋਸ਼ਿਸ਼ ਕਰਦੇ ਸਨ ਕਿ ਲੋਕਾਂ ਦੀ ਸੇਵਾ ਕੀਤੀ ਜਾ ਸਕੇ। ਬਹੁਤ ਕੋਸ਼ਿਸ਼ ਨਾਲ ਕੰਮ ਕਰਦੇ ਸਨ। ਉਹਨਾਂ ਦੇ ਭਰਾ ਅਜੇ ਕੁਮਾਰ ਰੱਜੂ ਜੀ ਜਿਹੜੇ ਕਿ ਮਿਊਂਸੀਪਲ ਕੌਂਸਲਰ ਹਨ ਅਤੇ ਮਿਊਂਸੀਪਲ ਕਮੇਟੀ ਮਲੇਰਕੁੰਡਾ ਦੇ ਵਾਈਸ ਪ੍ਰਧਾਨ ਹਨ, ਉਹਨਾਂ ਤੋਂ ਵੀ ਆਪਾਂ ਦੇਖਦੇ ਹਾਂ ਕਿ ਸਾਰਾ ਪਰਿਵਾਰ ਹੀ ਸੋਸ਼ਲ ਹੈ, ਹਮੇਸ਼ਾ ਹੀ ਲੋਕਾਂ ਦੀ ਖਿਦਮਤ ਲਈ 24 ਘੰਟੇ ਸੇਵਾ ਵਿੱਚ ਹਾਜ਼ਰ ਰਹਿੰਦਾ ਹੈ। ਇਹ ਨਹੀਂ ਹੈ ਕਿ ਕਿਸੇ ਧਰਮ ਨਾਲ ਜਾਂ ਆਪਣੀ ਬਰਾਦਰੀ ਨਾਲ, ਇਸ ਗੱਲ ਦਾ ਇਹ ਸਬੂਤ ਹੈ ਕਿ ਅੱਜ ਅਸੀਂ ਇਕੱਠ ਵਿੱਚ ਸਾਰੇ ਧਰਮਾਂ ਦੇ ਲੋਕ ਹਾਜ਼ਰ ਹਨ। ਜਿੱਥੋਂ ਇਹਨਾਂ ਦੀ ਬਰਾਦਰੀ ਤਾਂ ਹੋਣੀ ਹੀ ਸੀ, ਇਹਨਾਂ ਨੇ ਪਰਿਵਾਰ ਅਤੇ ਸ਼ਰੀਕੇ ਕਬੀਲੇ ਨੇ ਤਾਂ ਹੋਣਾ ਹੀ ਸੀ, ਤਾਂ ਅੱਜ ਜਿਸ ਤਰ੍ਹਾਂ ਆਪਾਂ ਮਲੇਰਕੁੰਡਾ ਦੇਖਦੇ ਹਾਂ ਕਿ ਇੱਕ ਗੁਲਦਸਤਾ ਹੈ, ਉਸੇ ਤਰ੍ਹਾਂ ਹੀ ਇੱਥੇ ਅੱਜ ਸਾਰੇ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਦਲਤਵੀਰ ਅਤੇ ਹੋਰ ਸਾਰੇ ਧਰਮਾਂ ਦੇ ਲੋਕ ਅੱਜ ਹਾਜ਼ਰ ਹਨ। ਇਸ ਦਾ ਕਾਰਨ ਇਹੀ ਹੈ ਕਿ ਇਹਨਾਂ ਨੇ ਹਮੇਸ਼ਾ ਹੀ ਜਦੋਂ ਵੀ ਕਿਸੇ ਵੀ ਇਨਸਾਨ ਨੂੰ ਜ਼ਰੂਰਤ ਪਈ ਤਾਂ ਇਹ ਹਮੇਸ਼ਾ ਹਾਜ਼ਰ ਰਹੇ, ਅਤੇ ਕਿਤੇ ਵੀ ਕੋਈ ਥਾਣੇ 'ਚ ਕੰਮ ਹੈ, ਕਿਤੇ ਬਾਹਰ ਕੰਮ ਹੈ, ਮਲੇਰਕੁੰਡੇ ਕੰਮ ਹੈ, ਮਿਊਂਸੀਪਲਟੀ 'ਚ ਕੰਮ ਹੈ, ਤਾਂ ਇਹ ਪਰਿਵਾਰ ਹਮੇਸ਼ਾ ਹਾਜ਼ਰ ਰਹਿੰਦਾ ਸੀ। ਅਤੇ ਮੈਂ ਸਮਝਦਾ ਕਿ ਸਾਡੇ ਭਰਾ ਰਜੇਸ਼ ਕੁਮਾਰ ਜੀ ਦਾ, ਅਜੇ ਕੁਮਾਰ ਰੱਜੂ ਜੀ ਦੇ ਜਿਹੜੇ ਐਮ ਸੀ ਬਣਨ 'ਚ ਵੀ ਅਹਿਮ ਰੋਲ ਰਿਹਾ, ਕਿਉਂਕਿ ਹਮੇਸ਼ਾ ਮਿਊਂਸੀਪਲ ਕਮੇਟੀ 'ਚ ਸ਼ਹਿਰ ਦੇ ਲੋਕਾਂ ਨੂੰ ਬਹੁਤ ਕੰਮ ਕਰ ਰਹਿੰਦੇ ਹਨ, ਅਤੇ ਹਮੇਸ਼ਾ ਇਹ ਵਾਹ ਚੜ ਕੇ ਲੋਕਾਂ ਦੇ ਕੰਮ ਸੇਵਾ ਭਾਵ ਨਾਲ ਕਰਦੇ ਸਨ। ਸਾਡੇ ਪੀ ਏ ਸਾਹਿਬ ਦਾ ਮੁਹੰਮਦ ਤਾਰਕ ਜੀ, ਦਰਬਾਰਾ ਸਿੰਘ ਜੀ ਵੀ ਬੈਠੇ ਹਨ, ਅਤੇ ਇਕਬਾਲ ਫੌਜੀ ਜੀ ਨਗਰ ਕੌਂਸਲ ਦੇ ਪ੍ਰਧਾਨ ਸਾਡੇ, ਇਹ ਮੈਨੂੰ ਦੱਸਦੇ ਸਨ ਕਿ ਇਹਨਾਂ ਦੀ ਡੈਥ ਤੋਂ, ਇੰਤਕਾਲ ਤੋਂ ਇੱਕ ਦਿਨ ਪਹਿਲਾਂ ਇਹ ਖਬਰ ਨੂੰ ਭਰ ਗਏ ਸੀ, ਅਤੇ ਉੱਥੇ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ, ਬੜੇ ਚੰਗੇ ਭਲੇ ਉਹ ਗੱਲਾਂ ਕਰਦੇ ਸਨ, ਅਤੇ ਕਹਿੰਦੇ ਸਨ ਕਿ ਮੈਂ 2 ਦਿਨ ਹੋਰ ਆਰਾਮ ਕਰਨਾ, ਅਤੇ ਮਿਊਂਸੀਪਲਟੀ 'ਚ ਮੇਰਾ ਕੰਮ ਕਾਫੀ ਵਪਾਇਆ ਪਿਆ, ਮੈਂ ਜਾ ਕੇ ਕੰਮ ਉੱਥੇ ਨਿਬੇੜਨਾ ਹੈ। ਕਿਉਂਕਿ ਉਸ ਵਕਤ ਜਦੋਂ ਬਿਮਾਰ ਸੀ ਇਹਨਾਂ ਨੂੰ, ਉਦੋਂ ਵੀ ਫਿਕਰ ਰਹਿੰਦੀ ਸੀ ਕਿ ਮੈਨੇ ਆਪਣਾ ਕੰਮ ਕਰਨਾ, ਨਹੀਂ ਹਮੇਸ਼ਾ ਬੰਦੇ ਟਲਦੇ ਰਹਿੰਦੇ ਹਨ, ਬਹਾਨੇ ਨਾਲ ਟਲ ਜਾਂਦੇ ਹਨ, ਪਰ ਇਹਨਾਂ ਨੇ ਹਮੇਸ਼ਾ ਆਪਣੀ ਡਿਊਟੀ ਨਿਭਾਈ, ਫਰਜ਼ ਸਮਝਿਆ, ਕੋਸ਼ਿਸ਼ ਕੀਤੀ ਕਿ ਲੋਕਾਂ ਦੇ ਕੰਮ ਆਉਣ। ਅੱਜ ਇਹੀ ਕਾਰਨ ਹੈ ਕਿ ਅੱਜ ਸਾਰੇ ਲੋਕ ਇੱਥੇ ਬੜੇ ਅਫਸੋਸ ਨਾਲ ਇਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਏ ਹਨ, ਅਤੇ ਸਾਰੇ ਲੋਕਾਂ ਨੂੰ ਬੜਾ ਗਮ ਹੈ। ਅੱਜ ਇੱਥੇ ਮੈਡਮ ਰਜੀਆ ਸੁਲਤਾਨਾ ਜੀ, PWD ਮਿਨਿਸਟਰ, BNR ਸੋਸ਼ਲ ਸਕਿਉਰਟੀ ਨੇ ਵੀ ਇੱਥੇ ਹਾਜ਼ਰ ਹੋਣਾ ਸੀ, ਪਰ ਉਹਨਾਂ ਨੂੰ ਅਚਨਚੇਤ ਬਾਹਰ ਜਾਣ ਕਾਰਨ ਉਹਨਾਂ ਦਾ ਸਮਾਂ ਨਹੀਂ ਨਿਕਲ ਸਕਿਆ। ਉਹਨਾਂ ਨੇ ਆਪਣੇ ਵੱਲੋਂ ਖਾਸ ਤੌਰ 'ਤੇ ਮੁਹੰਮਦ ਤਾਰਕ ਜੀ ਜਿਹੜੇ ਕਿ ਉਹਨਾਂ ਦੇ PA ਹਨ, ਅਤੇ ਸਰਦਾਰ ਦਰਬਾਰਾ ਸਿੰਘ ਜੀ, ਉਹ ਪਿੰਡਾਂ ਦੇ ਕੰਮਕਾਰ ਦੇਖਦੇ ਹਨ, ਉਹ ਵੀ ਉਹਨਾਂ ਦੇ PA ਹਨ, ਉਹਨਾਂ ਨੂੰ ਸਪੈਸ਼ਲ ਤੌਰ 'ਤੇ ਇੱਥੇ ਹਾਜ਼ਰੀ ਲਗਾਉਣ ਲਈ ਭੇਜਿਆ, ਉਹ ਵੀ ਇੱਥੇ ਹਾਜ਼ਰ ਹਨ। ਸਾਡੇ ਪ੍ਰਧਾਨ ਨਗਰ ਕੌਂਸਲ ਦੇ ਇਕਬਾਲ ਮੁਹੰਮਦ ਫੌਜੀ ਜੀ, EO ਸਾਹਿਬ ਚਰਨਜੀਤ ਸਿੰਘ ਯੂਪੀ ਜੀ, ਉਹ ਵੀ ਹਾਜ਼ਰ ਹਨ, ਅਤੇ MC ਸਾਹਿਬ ਆ ਬੈਠੇ ਹਨ, ਅਤੇ ਹੋਰ ਇੱਥੇ ਮਿਊਂਸੀਪਲ ਕਮੇਟੀ ਦੇ ਸਾਰੇ ਮੁਲਾਜ਼ਮ ਹਾਜ਼ਰ ਹਨ, ਅਤੇ ਮੈਂ ਆਪਣੇ ਵੱਲੋਂ, ਕਾਂਗਰਸ ਪਾਰਟੀ ਵੱਲੋਂ, PA ਸਾਹਿਬਾਨ ਵੱਲੋਂ, ਔਰ ਖਾਸ ਤੌਰ 'ਤੇ ਮੈਡਮ ਰਜੀਆ ਸੁਲਤਾਨਾ ਜੀ ਨੂੰ ਵੱਲੋਂ, ਸਾਡੇ ਸੁੱਖੇ ਭਰਾ ਨੂੰ ਸਰਵ ਦ੍ਰਿਸ਼ਟਕਾਰ ਦੇ ਫੁੱਲ ਭੇਟ ਕਰਦੇ ਹੋਏ ਗੁਰੂ ਮਹਾਰਾਜ ਅੱਗੇ ਬੇਨਤੀ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇਵੇ, ਅਤੇ ਇਸ ਭਾਣੇ ਦੇ ਪਰਿਵਾਰ ਨੂੰ ਬਲ ਬਖਸ਼ੇ ਤਾਂ ਕਿ ਉਹਨਾਂ ਨੂੰ ਸਹਿ ਸਕੇ, ਕਿਉਂਕਿ ਬਹੁਤ ਹੀ ਦੁੱਖ ਦਾ ਟਾਈਮ ਹੈ, ਬਹੁਤ ਮੁਸ਼ਕਲ ਸਮਾਂ, ਅਤੇ ਅੱਲਾਹ ਤਾਲਾ ਹੀ ਇਸ ਦਾ ਕੋਈ ਇਹ ਆਪਾਂ ਨੂੰ ਸਬਰ ਦੇ ਸਕਦਾ। ਤੋਂ ਆਖਰ ਵਿੱਚ ਸਾਰਾ ਦੇਸ਼ ਸ਼ੁਕਰ ਭੇਟ ਕਰਦੇ ਹੋਏ ਅੱਲਾਹ ਤਾਲਾ ਵੱਲੋਂ ਕੋਈ ਅਰਦਾਸ ਕਰਨਾ, ਵਾਹਿਗੁਰੂ ਅੱਗੇ ਅਰਦਾਸ ਕਰਨਾ ਕਿ ਉਹ ਸਾਡੇ ਭਰਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥਾਵਾਂ ਨੇ ਸ਼ਰਧਾ ਸੁਮਨ ਅਰਪਿਤ ਕੀਤੇ ਹਨ। ਸ਼੍ਰੀ ਗਊਸ਼ਾਲਾ ਕਮੇਟੀ ਰਜਿਸਟਰਡ ਮਲੇਰਕੋਟਲਾ, ਬਹਾਵਲਪੁਰੀ ਪੰਚਾਇਤੀ ਸਭਾ ਰਜਿਸਟਰਡ ਮਲੇਰਕੋਟਲਾ, ਸ਼੍ਰੀ ਕਾਲੀ ਮਾਤਾ ਮੰਦਰ ਕਮੇਟੀ, ਸ਼੍ਰੀ ਨੈਣਾ ਦੇਵੀ ਮੰਦਰ ਕਮੇਟੀ, ਮੈਨੇਜਿੰਗ ਕਮੇਟੀ ਡੇਰਾ ਬਾਬਾ ਆਤਮਾ ਰਾਮ ਜੀ, ਸ਼੍ਰੀ ਅੰਕੂ ਯਖਨੀ ਜੀ ਮਿਊਂਸੀਪਲ ਕੌਂਸਲਰ, ਸ਼੍ਰੀ ਸਤਪਾਲ ਗੋਇਲ ਸਿਲਸਿਲੇ ਵਾਲੇ ਸੰਸਥਾਪਕ ਲੰਗਰ ਕਮੇਟੀ, ਸ਼੍ਰੀ ਅਮਨ ਥਾਪਰ ਪ੍ਰੈਜ਼ੀਡੈਂਟ ਯੁਵਾ ਵਿੰਗ ਸਨਾਤਨ ਧਰਮ ਸਭਾ, ਸ਼੍ਰੀ ਯੋਗੀ ਰਾਜ ਸ਼ਰਮਾ DSP ਮਲੇਰਕੋਟਲਾ, ਸ਼੍ਰੀ ਗੁਰੂ ਰਵਿਦਾਸ ਜੀ ਮੰਦਰ ਕਮੇਟੀ ਸੱਟਾ ਬਾਜ਼ਾਰ, ਭਗਵਾਨ ਸ਼੍ਰੀ ਵਾਲਮੀਕਿ ਮੰਦਰ ਕਮੇਟੀ, ਸ਼੍ਰੀ ਗੰਮੀ ਕਲਿਆਣ ਜੀ ਅਤੇ ਉਹਨਾਂ ਦੇ ਸਾਥੀ ਭਵਾਨੀਗੜ੍ਹ ਤੋਂ ਅਫਸੋਸ ਪ੍ਰਗਟ ਕਰਨ ਲਈ ਆਏ ਨੇ, ਔਰ ਰਜੇਸ਼ ਜੀ ਦਾ ਜਦੋਂ ਮੈਂ ਤਾਂ ਦੱਸਿਆ ਸੀ ਤੁਹਾਨੂੰ ਕਿ ਬਹੁਤ ਸੇਵਾ ਭਾਵ ਵਾਲੇ ਆ, ਬਹੁਤ ਮਿਲਣਸਾਰ ਵਿਅਕਤੀ ਸਨ, ਉਹਨਾਂ ਦੇ 10ਵੀਂ ਦੇ ਜਿਹੜੇ ਸਕੂਲ ਦੇ ਕਲਾਸ ਫੈਲੋਜ਼, ਉਹ ਬਹੁਤ ਸਾਰੇ ਉਹਨਾਂ ਦੇ ਜਮਾਤੀ ਇੱਥੇ ਅੱਜ ਅਫਸੋਸ ਕਰਨ ਆਏ ਨੇ। ਮੈਂ ਉਹਨਾਂ ਦੇ ਮਨ ਦੀ ਭਾਵਨਾ ਵੀ ਸਮਝ ਸਕਦਾ, ਪਰ ਮੈਂ ਪੂਰੇ ਸ਼ਹਿਰ ਵਾਸੀਆਂ ਵੱਲੋਂ ਜਿੰਨੀ ਵੀ ਇੱਥੇ ਸੰਗਤ ਮੌਜੂਦ ਹੈ, ਮੈਂ ਉਹਨਾਂ ਨਾਲ ਵੀ ਸੰਵੇਦਨਾ ਪ੍ਰਗਟ ਕਰਦਾ। ਸ਼੍ਰੀ ਦਵਿੰਦਰ ਜੀ ਸਰਪੰਚ ਮਲੇਰਕੋਟਲਾ, ਸਰਦਾਰ ਚਰਨਜੀਤ ਸਿੰਘ ਜੀ EO ਮਿਊਂਸੀਪਲ ਕੌਂਸਲ ਮਲੇਰਕੋਟਲਾ, ਮਿਊਂਸੀਪਲ ਕੌਂਸਲ ਵੱਲੋਂ ਜੋ ਬਣਦੀ 2 ਲੱਖ ਰੁਪਏ ਦੀ ਰਾਸ਼ੀ ਹੈ ਉਹ ਪਰਿਵਾਰ ਵੱਲੋਂ ਦਿੱਤੀ ਜਾਂਦੀ ਹੈ, ਮੈਂ
ईओ साहब को बेनती करता हाँ कि वह राशि परिवार को भेंट करो। ईओ साहब चरणजीत सिंह जी अजू जी अगे आ जाओ। पूर्ति नहीं कर सकती फिर भी मैं परिवार वालों ईओ साहब का म्यूनसिपल काउंसिल का धन्यवाद। श्री कृष्ण मंडल रजिस्टर्ड मालेरकोटला और म्यूनसिपल कमेटी का सारा स्टाफ वालों भी श्रद्धा सुमन अर्पित किए गए हैं। जैन प्रार्थना मंडल के प्रधान आलोक जैन जी, सरदार जतेंद्र पाल सिंह जी एस एच ओ सिटी वन मालेरकोटला, जनाब माजिद खान साहब एस एच ओ सिटी टू मालेरकोटला, सरदार हरिंदर सिंह जी खैड़ा एस एच ओ सी आई ए स्टाफ संगरूर, जनाब राकेश पिट्टू जी प्रेसिडेंट खत्री सभा रजिस्टर्ड मालेरकोटला, श्री नरेंद्र जैन जी प्रेसिडेंट रिटेल करियाना एसोसिएशन मालेरकोटला, श्री महेंद्र सिंह जी पूछी प्रेसिडेंट इलेक्ट्रिक डीलर्स एसोसिएशन मालेरकोटला, श्री गोपाल जिंदर जी प्रेसिडेंट ओल्ड ग्रेन मार्केट मालेरकोटला, श्री सोनू सांगर जी चेयरमैन एससी डिपार्टमेंट डिस्ट्रिक्ट कांग्रेस कमेटी पटियाला, मोहम्मद नासिर जी छोटी ईदगाह शाहबस्ती मैनेजिंग कमेटी तो, इन्हों सारे तो इलावा इस हाल के बीच और हाल तो बाहर खड़े क्योंकि जगह घट सी काफ़ी मेरे भाई भैन बाहर भी खड़े ने, मैं इस हाल के बीच मौजूद एक एक भाई भैन का तुसी सारे सारे का नाम नहीं लिता जा सकता, तुसी सारे साडे वास्ते बहुत ही आदरणीय बहुत ही सम्माननीय हो और बहुत ही काबिले एहतराम हो। सारिया मातावां भैणां दा सारे बाहरों आए हुए रिश्तेदारां दा दोस्तां दा शहर निवासी भाइयों दा परिवार वालों इस दुख की घड़ी शामिल होने लई बहुत धन्यवाद किया जाता है। परिवार वालों हथ बन के बेनती है कि जिन्हां रिश्तेदार मित्रां ने हाले तक लंगर नहीं छकिया कृपा लंगर छक के जाणगे और जाण तों पहले सारे ज़्यादा कप के रूप के लंगर जरूर लैके जाएंगे। परिवार के बहुत ही नज़दीकी एक रहनुमा इन्होंने गाइड इस परिवार के श्री गेजा राम जी नैशनल प्रेजिडेंट सेंट्रल वाल्मीकि सभा इंडिया और जनरल सैक्रेटरी पंजाब प्रदेश कांग्रेस कमेटी, वो अपने श्रद्धा सुमन भी अर्पित करेंगे ते परिवार वालों तुहाडे सारे आए हुए पतवंते सज्जणा का धन्यवाद करेंगे। श्री गेजा जिन्हें भी शासन बैठी है अज बाबा जेस कौर जी ने जब लास्ट अंतम अरदास कर लगे श्रद्धांजलि बैठे ये अरदास परम पिता परमात्मा के पास है। इस अरदास दे विच आए हुए जिन्हें भी मित्र संबंधी अफसर साहबान मेरिया भैन बैठिया अस्ता तो उसको पता है जिदे उत्ते पहाड़ गिरे अज रजेश कुमार जी की धर्मपत्नी या उसके बच्चे जो माता पिता जी का नाम चला गया ਦਾ ਜਿਹੜਾ ਅੱਜ ਜਿਹੜਾ ਸਭ ਤੋਂ ਵੱਡਾ ਉਹਦਾ ਭਾਈ ਵੀ ਸੀ ਆਪਣ ਵੀ ਸੀ ਅੱਜ ਉਹਨੂੰ ਪੁੱਛ ਕੇ ਦੇਖੋ ਕਿ ਵਾਸਤੇ ਵਿੱਚ ਅੱਜ ਕੀ ਹੋਇਆ ਸੱਸ ਅੱਜ ਪੂਰਾ ਸਵਾ ਮਹੀਨਾ ਹੋ ਗਿਆ ਇਸ ਸਥਾਨ ਦੇ ਉੱਤੇ ਅੱਜੂ ਜੀ ਅਤੇ ਬਾਬੂ ਜੀ ਅਜੇ ਜੀ ਇੱਥੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਦਾਸ ਮੁੰਡੇ ਕੇ ਆਏ ਸੀਗੇ ਉਹ ਟਾਈਮ ਵੀ ਯਾਦ ਹੈ ਦਿਨ ਵੀ ਯਾਦ ਹੈ ਜਨਮ ਅਸ਼ਟਮੀ ਵਾਲਾ ਵੀ ਕਿਸ ਤਰ੍ਹਾਂ ਮੈਨੂੰ ਲੈ ਕੇ ਆਇਆ ਸੀ ਅੱਜ ਮੇਰਾ ਤਬੀਅਤ ਠੀਕ ਹੋਣ ਨਾ ਕਰਕੇ ਵੀ ਮੈਂ ਗੁਰਦਾਸਪੁਰ ਤੋਂ ਆ ਰਿਹਾ ਸਿੱਧਾ ਕਿਉਂਕਿ ਹਾਲਾਤ ਇਸ ਕਰਕੇ ਮੈਨੂੰ ਪਤਾ ਸਾਰੇ
ਕਿਸ ਤਰ੍ਹਾਂ ਅੱਜੂ ਜੀ ਨੂੰ MC ਬਣਾਇਆ, ਇਸ ਤਰ੍ਹਾਂ ਨਗਰ ਪਾਲਿਕਾ 'ਚ ਬਹੁਤ ਜੀ ਨੇ ਡਿਊਟੀ ਕਰ ਰਹੇ ਸੀ। ਚਲੋ ਮਾਲਿਕ ਦੀ ਮਰਜ਼ੀ ਹੈ ਕਿ ਇਹ ਪਰਮ ਪਿਤਾ ਪਰਮਾਤਮਾ ਇਹ ਸਭ ਤੇ ਸੰਤਾਨ ਬਲਾ ਕਰੋ, ਸਭ ਕਾ ਪੂਰ ਸਭ ਕਾ ਕਲਿਆਣ, ਕਨ ਕਨ ਮੇ ਹੈ ਵਸ ਰਿਹਾ ਤੇਰਾ ਵਪਾਰ, ਤਿੰਨ ਕਾਲ ਹੈ ਸਭ ਤੂੰ ਮਿੱਤਰ ਹੈ ਸੰਸਾਰ, ਘੱਟ ਘੱਟ ਵਾਸੀ ਹੈ ਪ੍ਰਭੂ ਅਵਨਾਸੀ ਤੂੰ ਕਰਤਾ, ਦਿਆ ਸੇ ਤੇਰੀ ਹੋ ਸਭੀ ਭਵ ਸਾਗਰ ਸੇ ਪਾਰ, ਨਿਰਾਕਾਰ ਸਾਕਾਰ ਤੂੰ ਜਪ ਕੇ ਪਾਲਣਹਾਰ, ਹਰ ਬਿਆੰਤ ਮਹਿਮਾ ਤੇਰੀ ਦਾਤਾ ਕਿਰਪਾ, ਪਰਮ ਪਿਤਾ ਪਰਮਾਤਮਾ ਇਹ ਸਭ ਤੇਰੀ ਸੰਤਾਨ, ਬਲਾ ਕਰੋ ਸਭ ਕਾ ਪ੍ਰਭੂ ਸਭ ਕਾ ਕਲਿਆ, ਇਹ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕਿ ਜੀ ਇਹ ਸਾਰੀ ਤੇਰੀ ਸੰਤਾਨ ਹੈ, ਇਹ ਬਾਲ ਬੱਚੇ ਵੀ ਤੇਰੇ ਹੈ, ਇਹ ਸਾਰੇ ਦਿੱਤੇ ਤੂੰ ਆਪਣਾ ਮੇਰ ਭਰਿਆ ਤਰੱਕੀ ਜਿਹੜੀ ਆਤਮਾ ਸਾਡੇ 'ਚ ਗਈ ਹੈ ਇਸ ਪਰਮਾਤਮਾ ਦੇ ਵਿੱਚ, ਇਸ ਆਤਮਾ ਨੂੰ ਅਵਾ ਕਮਲ ਚੱਕਰਾਂ 'ਚ ਬਚਾ ਕੇ ਇਸ ਨੂੰ ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਰੱਖੇ। ਇਹੀ ਅਰਦਾਸ ਹੈ ਕਿ ਕਰਦੇ ਚਲੋ ਗੱਲ ਹੈ ਵੀ ਇਸ ਤੋਂ ਵੱਡੀ ਗੱਲ ਨਹੀਂ ਆਪਣਾ ਫੈਸਲਾ ਕਰਦਾ, ਇਹ ਅੱਜ ਕੰਮ ਹੈ, ਇਹ ਸੱਸ ਸਾਰੀ ਇਨਸਾਨਾਂ ਨੇ ਆਦਮੀ ਦਾ ਕਰ ਚਲੇ ਜਾਣਾ ਹੈ, ਬਾਕੀ ਆਪੋ ਆਪਣੀ ਕਿਹ ਨੇੜੇ ਕਰੀ, ਸਾਰੇ ਇਨਸਾਨ ਚਾਹੇ ਛੋਟਾ ਹੈ ਚਾਹੇ ਵੱਡਾ ਹੈ, ਬਹੁਤ ਨੇ ਸਾਰੇ ਅਨੁਸਾਰ ਸਰਕਾਰੀ ਹੈ, ਜਿਹੜਾ ਇਨਸਾਨ ਪਰਮਾਤਮਾ ਅਤੇ ਬਹੁਤ ਮਿਆਦ ਰੱਖਦਾ ਹੈ ਉਹਨੂੰ ਸਾਸਕ ਕਦੇ ਤੋਂ ਕਿਸ ਤਰ੍ਹਾਂ ਕਰੇਗਾ। ਆਓ ਸਾਸਕ ਆਪਾਂ ਮੌਤ ਵੀ ਯਾਦ ਰੱਖੀਏ ਅਤੇ ਇਸ ਤਰ੍ਹਾਂ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖ ਕੇ ਵੀ ਆਪਾਂ ਮਾਨਵਤਾ ਦੇ ਭਲੇ ਲਈ ਕਲਿਆਣ ਕਰੀਏ, ਜੇ ਹੋ ਸਕੇ ਕਿਸ ਦਾ ਭਲਾਈ ਕਰੀਏ, ਜਿਵੇਂ ਕਿ ਅੱਜੂ ਜੀ ਔਰ ਸਾਡੇ ਜੇ ਜੀ ਕਰਦੇ ਸੀ। ਸੋ ਅੱਜ ਅਸੀਂ ਆਪਣੇ ਵੱਲੋਂ ਵੀ ਔਰ ਸਮੁੱਚੇ ਪਰਿਵਾਰ ਨੂੰ ਵੀ ਜਿੰਨੇ ਵੀ ਸੰਗਤਾਂ ਇੱਥੇ ਪਹੁੰਚੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੈਂਟਰ ਵਾਲੇ ਸਭਾ ਦੇ ਸੇਵਾਦਾਰ ਹੋਣ ਦੇ ਨਾਤੇ ਅਤੇ ਕਾਂਗਰਸ ਪਾਰਟੀ ਦਾ ਜਨਰਲ ਸਕੱਤਰ ਹੋਣ ਦੇ ਨਾਤੇ ਸਾਰਿਆਂ ਦਾ ਜੀ ਆਇਆਂ ਦਾ, ਔਰ ਸਾਡੇ ਸੈਕਟਰੀ ਸਾਹਿਬ ਨੇ ਦੱਸਿਆ ਵਿਆਹ ਨੂੰ ਪੂਰਨਾ ਜ਼ਰੂਰ ਕਰਕੇ ਆਇਓ, ਚਾਹ ਦਾ ਲੰਗਰ ਤਿਆਰ ਹੈ। ਸੋ ਸਾਰੇ ਜਿੰਨੇ ਵੀ ਅੱਜੂ ਦੇ ਦੋਸਤ ਸਾਹਿਬਾਨ MC ਸਾਹਿਬ ਔਰ ਸਾਡੇ ਯੋਗ ਸਾਹਿਬ ਬੈਠੇ ਹੈ ਔਰ ਸਾਡੇ ਨਗਰ ਪਾਲਿਕਾ ਦੇ ਪ੍ਰਧਾਨ ਔਰ ਸਾਡੇ ਬੀਬੀ ਰਜੀਆਂ ਸੁਲਤਾਨਾ ਦੀ ਸੈਕਟਰੀ ਸਾਹਿਬ, ਇਹਨਾਂ ਸਾਰਿਆਂ ਦਾ ਹੀ ਮੈਂ ਆਪਣੇ ਵੱਲੋਂ ਵੀ ਔਰ ਪ੍ਰਧਾਨ ਵੱਲੋਂ ਵੀ ਜੀ ਆਇਆਂ ਦਾ ਜੈ ਹਿੰਦ। ਇੱਕ ਵਾਰੀ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਪੰਡਿਤ ਸ਼੍ਰੀ ਕਰਮਨਾਥ ਜੀ ਅਰਦਾਸ ਕਰਵਾਉਣਗੇ 2 ਮਿੰਟ ਲਈ, ਔਰ ਸਾਰੇ ਅਰਦਾਸ ਲਈ ਆਪਣੇ ਆਪਣੇ ਸਥਾਨ 'ਤੇ ਖੜ੍ਹੇ ਹੋ ਜਾਣਗੇ। ਅਰਦਾਸ ਪੂਰਾ ਧਿਆਨ ਉਹਨੇ ਵਰਦਾਤਾ ਵਾਲਮੀਕ ਜੀ
कहे ऋषि नाथ हे ब्रह्म ऋषि दीजो ज्ञान प्रकाश जीवन मुक्ति के लिए हम करते हैं अरदास जीवन मुक्ति के लिए हम करते हैं अरदास जो बोले सो नर है भगवान वाल्मीकि महाराज की जय हे परम पिता दादाजी आप जी दे जन कमला दे विच जागरा जी भगत आत्मा स्वर्गीय श्री जीश ब्रजेश कुमार भगत जी नु अपने जन कमला दे विच निवास देना तथा ये दुख दा भाणा बंधन दी समर्था इस परिवार को बख्शना जो बोले सो निर्भय भगवान वाल्मीकि महाराज की जय सारे माता जी की अपने अपने स्थान पे बैठ जा बाकी सारी संगत वास्ते ज्यादा प्रसाद लंगर आदर की व्यवस्था परिवार वालों सारी संगत वास्ते की गई है ता सारी संगत लंगर छकन की कृपालता करो ते चाह का लंगर पीने की कृपालता करो जी सारे माता जो इतनी बिनती परिवार वालों बिनती बहुत ही अच्छे चंगे दोस्त सन इन्हों की डैथ के नाल जो इन्हों के परिवार को घाटा होया है वह तो होया ही है बाकी साढ़े शहर सारे शहर में इन्हों की डैथ का बहुत ही जबरदस्त घाटा होया जो कि कदे भी पूरा नहीं किया जा सकता राजेश कुमार जी की जो बहुत चंगी आदत सी उन्होंने कोले कोई भी बंदा कम जाता सी उठ के आप चाहे कोई भी गरीब है हर एक बंदे का ध्यान रखते सन इन्हों भरा अजय कुमार जी वाइस प्रधान नगर कौंसल के हैं वो भी बाढ़ की शहर की बहुत ही ज़्यादा सेवा करते हैं राजेश कुमार जी के डैथ का सारे शहर में साढ़े बहुत घाटा होया है जो कि कदे भी पूरा नहीं किया जा सकता असी परमात्मा अगे बेनती करते हैं भी राजेश कुमार जी ने अपने चरणों के पिछे स्थान देन ते परिवार को सारे बल बख्शन ते बहुत ही यदा दुख होया जो राजेश कुमार जी की डैथ का कदे भी पूरा नहीं किया जा सकता।